ਜਲੰਦਲ ਮਕਾਨ ਜ਼ਮੀਨ ਉਲ ਜ਼ਮਾਨ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਭਗਤ ਨਾਨਕ ਦੇ ਕਰ ਦੀਨ ਦਰਦ ਦੁੱਖ ਪੰਜਨਾ ਘਾਟ ਘਾਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੱਜ ਕੇ ਆਖੋ ਜੀ ਵਾਹਿਗੁਰੂ ਆਪਣਾ ਨਾਮ ਜਪਾ ਪਾਇਓ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਹਾਂ ਆਇਆ ਦੂਰੋਂ ਚੱਲ ਗਏ ਹਾਂ ਆਇਆ ਦੂਰੋਂ ਚੱਲ ਜਿਹੜੇ ਬਾਪ ਨਾਲ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਇਹ ਗੱਲਾਂ ਕਰਿਓ ਕਿ ਉਹ ਬਾਪੂ ਨੂੰ ਥਾਰੇ ਤੇਰੇ ਥਾਰੇ ਉਹ ਜਿਹੜਾ ਮੇਰੇ ਨਾਲ ਜਗਜੀਤ ਸਿੰਘ ਹੈ ਨਾ ਇਹਨਾਂ ਦੀ ਇਹ ਬੋਲੀ ਹੈ ਥਾਰੇ ਉਹ ਪਰਸੋਂ ਕਹਿੰਦਾ ਸੀ ਸਾਡੀ ਬੋਲੀ 'ਚ ਗੰਨੇ ਨੂੰ ਇੱਕ ਕਹਿੰਦੇ ਇੱਕ ਮੈਨੂੰ ਨਹੀਂ ਸੀ ਪਤਾ ਇਹ ਭਾਸ਼ਾ ਦਾ ਬੜਾ ਪਿਆਰ ਆ ਵੀ ਵੱਖਰੇ ਵੱਖਰੇ ਗੁਲਦਸਤੇ ਗੁਰੂ ਨੇ ਨਵਾਜੇ ਗੁਰਬਾਣੀ 'ਚ ਹਮ ਥਾਰੇ ਪੁਕਾਰੇ ਜਿਸ ਆਪਣੀ ਭਾਸ਼ਾ ਬੋਲਦੇ ਤਾਂ ਤੁਹਾਡੇ ਤੇਰੇ ਪਤਾ ਲੱਗਾ ਆਪਾਂ ਬੋਲਦੇ ਤੇ ਤੇਰੇ ਤੇ ਤੁਹਾਡੇ ਉੱਥੇ ਲਿਖਿਆ ਹਮ ਥਾਰੇ ਪਖਾਰੇ ਜੀਓ ਬੜਾ ਦੁੱਠਾ ਇਹਨੇ ਪਖਾਰੀ ਗਿਆ ਤੇ ਉਹਨੇ ਦਰਵਾਜ਼ੇ ਖੋਲ੍ਹਤੇ ਪਤਾ ਲੱਗਾ ਉਹਨੇ ਸਾਰੇ ਸਟੋਰ ਦੇ ਸਾਰੇ ਭੰਡਾਰੇ ਦੇ ਦਰਵਾਜ਼ੇ ਖੋਲ੍ਹਤੇ ਕਹਿੰਦੇ ਜੇ ਤੂੰ ਮੰਨ ਹੀ ਗਿਆ ਹੈ ਵੀ ਮੈਂ ਵਿਖਾ ਰਹੀ ਹਾਂ ਅਤੇ ਪੜਦਾ ਮੈਂ ਵੀ ਕੋਈ ਨਹੀਂ ਰੱਖਣਾ
ਵੀ ਮੇਰੇ ਕੋਲ ਕੀ ਕੁਝ ਆ, ਪੜਦਾ ਨਹੀਂ ਰੱਖਦਾ ਦਰਵਾਜ਼ੇ ਖੋਲ। ਪਿਤਾ ਕਿਰਪਾਲ ਸਟੋਰ ਦੇ ਮਾਲਕ ਨੂੰ ਜਿਹਦੀ ਡਿਊਟੀ ਲਾਈ ਸੀ, ਇੱਕ ਸੰਸਾਰੀ ਭੰਡਾਰੀ, ਉਹਨੂੰ ਕਿਹਾ ਬਾਪ ਨੇ ਵੀ ਇਹ ਜਿਹੜਾ ਮੇਰਾ ਪੁੱਤ ਆਉਂਦਾ ਵੀ ਮੈਂ ਇਹਦਾ ਭਿਖਾਰੀ ਹਾਂ, ਜੋ ਮੰਗੇ ਸੋ ਦੇਣਾ। ਪਿਤਾ ਕਿਰਪਾਲ ਆ ਗਿਆ ਇਹ ਦੀਨੀ ਬਾਰਕ ਮੁੱਖ ਮੰਗੇ। ਇਹ ਤੋਂ ਵੱਧ ਉਹਨੂੰ ਹੋਰ ਕੀ ਕਹਿ ਦਿੱਤਾ। ਅਸੀਂ ਹੁਣੇ ਆ ਰਹੇ ਸਾਂ ਅਤੇ ਉੱਥੇ ਲਿਖਿਆ ਸੀ ਧੀਮੀ ਗਤੀ, ਪੜ੍ਹਿਆ ਮੈਂ ਵੀ, ਮੇਰੇ ਡਰਾਈਵਰ ਨੇ ਵੀ ਜਿਹੜਾ ਗੱਡੀ ਚਲਾ ਰਿਹਾ ਸੀ, ਇਸ ਤਰ੍ਹਾਂ ਹੀ ਤੁਸੀਂ ਅਤੇ ਮੈਂ ਪੜ੍ਹਦੇ ਹਾਂ, ਮਗਰ ਪੜ੍ਹੇ ਤੇ ਅਮਲ ਨਹੀਂ ਕਰਦੇ। ਆਖੋ ਵਾਹਿਗੁਰੂ, ਪਤਾ ਲੱਗ ਰਿਹਾ ਧੀਮੀ ਗਤੀ ਲਿਖਿਆ ਸੀ। ਅੱਗੇ ਆਣ ਕੇ ਫਿਰ ਪੋਸਟ ਵਾਲਿਆਂ ਨੇ ਕਹਿ ਦਿੱਤਾ ਵੀ ਹੌਲੀ ਚੱਲੋ, ਜੇ ਤੁਸੀਂ ਪੜ੍ਹ ਕੇ ਨਹੀਂ ਮੰਨੇ ਤਾਂ ਮੈਂ ਮੂੰਹ ਤੋਂ ਬੋਲ ਦੇਣਾ। ਹੈ ਤਾਂ ਸਭ ਘੱਟ ਵਿੱਚ ਗੋਬਿੰਦ ਹੀ ਬੈਠਾ ਹੈ ਨਾ। ਆਖੋ ਵਾਹਿਗੁਰੂ, ਵੀ ਜੇ ਤੁਸੀਂ ਪੜ੍ਹ ਕੇ ਨਹੀਂ ਮੰਨੇ ਤਾਂ ਮੈਂ ਮੂੰਹ ਤੋਂ ਬੋਲ ਕੇ ਕਹਿ ਦਿੰਦਾ। ਇਸ ਤਰ੍ਹਾਂ ਹੀ ਸਤਿਗੁਰੂ ਨੇ ਸਾਡੇ ਲਈ ਦਰਵਾਜ਼ੇ ਖੋਲ੍ਹਤੇ। ਧੰਨ ਨੇ ਉਹ ਲੋਕ ਜਿਨ੍ਹਾਂ ਨੇ ਆਪਣੇ ਬਾਪ ਦਾ ਨਾਮ ਗੁਰੂ ਗੋਬਿੰਦ ਸਿੰਘ ਲਿਖਾਇਆ। ਬੜੇ ਭਾਗਾਂ ਵਾਲੇ ਬਾਬਲ ਮੇਰਾ ਵੱਡ ਸਮਰੱਥਾ ਦਾ ਮਾਲਕ। ਤੁਸੀਂ ਸੋਚੋ ਵੀ ਸ਼ੰਭੂ ਤੋਂ ਅਟਕਾਂ ਲਾਉਣੀਆਂ ਸ਼ੁਰੂ ਕੀਤੀਆਂ, ਸਰਕਾਰਾਂ ਦਾ ਜ਼ੋਰ ਲੱਗ ਗਿਆ, ਕਿਤੇ ਤੇ ਅਜੇ ਸਾਡੀਆਂ ਰਗਾਂ 'ਚ ਤੇਰਾ ਖੂਨ ਦੌੜਦਾ ਹੈ। ਕੋਈ ਨਹੀਂ ਡੱਕ ਸਕਿਆ, ਠਾਕ ਨਾ ਹੋਤੀ ਤੈਨੂੰ ਦਰ ਜੇ ਹੋਵੋ ਸੋ ਪ੍ਰਸੰਨ। ਭਾਵੇਂ ਇਹ ਰਾਹ ਲਾ ਲਓ, ਅਗਲਾ ਰਾਹ ਲਾ ਲਓ, ਕੋਈ ਤੇ ਸਪਿੱਟ ਤੇਰੀ ਸੀ, ਧੰਨ ਨੇ ਉਹ ਜਿਨ੍ਹਾਂ ਨੇ ਕਿਹਾ ਸਾਡੇ ਬਾਪ ਦਾ ਨਾਮ ਗੁਰੂ ਗੋਬਿੰਦ ਸਿੰਘ। ਬਾਬੁਲ ਮੇਰਾ ਬੜ ਸਮਰਾ, ਮਾਣ ਵੀ ਕਰਿਆ ਕਰੋ। ਉਹ ਧੀਮੀ ਗਤੀ ਵਾਲੀ ਗੱਲ ਨੂੰ ਪੜ੍ਹ ਕੇ ਨਹੀਂ ਲੰਘ ਜਾਣਾ, ਖਲੋ ਜੋ ਕਦੀ ਅਤੇ ਫਿਰ ਵੇਖੋ ਉਹਨੂੰ ਸ਼ਮਸ਼ੀਰ ਹੱਥ ਵਿੱਚ ਫੜੀ, ਕਲਗੀ ਸਿਰ 'ਤੇ ਲਾਈ, ਬਾਜ ਮੋਢੇ 'ਤੇ ਬੈਠਾ। ਅਜੀਤ ਸਿੰਘ ਆ 10 ਲੱਖ ਆ ਅੱਗੇ, ਪੁੱਤ ਜਿੱਥੇ ਤੂੰ ਚੱਲਿਆ ਅੱਗੇ 10 ਲੱਖ ਆ। ਅਤੇ ਪਿਤਾ ਜੀ ਆਨੰਦ ਤਾਂ ਉਦਣ ਆਉਂਦਾ ਹੈ ਜਦੋਂ ਪਹਿਲਵਾਨ ਕੁੜੇ ਅਤੇ ਉਹਦਾ ਕੋਚ ਸਾਹਮਣੇ ਬੈਠਾ ਹੋਇਆ, ਨਹੀਂ ਪਤਾ ਲੱਗਾ ਜਿੰਨੇ ਸਾਰੇ ਦਾਸ ਖਾਏ ਜੰਗ ਦੇ। ਆਖੋ ਵਾਹਿਗੁਰੂ, ਅਤੇ ਕੋਚ ਦੇ ਅੰਦਰੋਂ ਇੱਕ ਵੇਵ ਸਨਿਉਲਡੀ ਹੁੰਦੀ ਹੈ ਵੀ ਮੇਰਾ ਸ਼ਗਿਰਦ ਜਿਹੜਾ ਇਹਦੀ ਪਿੱਠ ਨਾ ਲੱਗੇ, ਅਤੇ ਜਦੋਂ ਤੇਰੀ ਵੇਵਸ ਮੇਰੇ ਨਾਲ ਆ, ਪਤਾ ਨਹੀਂ ਲੱਗਾ ਤੇਰੀ ਅਸੀਸ ਮੇਰੇ ਨਾਲ ਆ, ਅਤੇ 10 ਲੱਖ ਕੀ, ਜਿੰਨੇ ਮਰਜ਼ੀ ਆ ਜਾਣ। ਇਹ ਕਹਾਣੀ ਆ, ਸਿਰਫ ਮੈਂ ਇਹਨਾਂ ਆਪ ਜੀ ਨੂੰ ਕਿਹਾ ਵੀ ਤੁਸੀਂ ਅੰਦਰ ਆਤਮਾ ਤੋਂ ਕਹੋ ਮੇਰੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਆ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਹਾਂ,
ਜਿਹੜਾ ਬਰਦੋ ਆਲਮ ਸ਼ਾਹ ਵਰ 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 ਨਹੀਂ ਹੁੰਦਾ ਵਰ ਪਤੀ ਦੋ ਆਲਮ ਦਾ ਪਤੀ ਹੈ ਮੇਰਾ ਬਾਪ ਬਰਦੋ ਆਲਮ ਸ਼ਾਹ ਉੱਤੇ ਪੜ੍ਹੋ ਗੁਰੂ ਗੋਬਿੰਦ ਸਿੰਘ ਮੈਂ ਉਹਦੀ ਧੀ ਹਾਂ ਮੈਂ ਉਹਦਾ ਪੁੱਤ ਹਾਂ ਕੈਨੇਡਾ ਵੀ ਮੈਂ ਉੱਥੇ ਬੇਨਤੀ ਕਰਦਾ ਸਾਂ ਬੱਚੀਆਂ ਨੂੰ ਬੱਚਿਆਂ ਨੂੰ ਵੀ ਜਦੋਂ ਤੁਸੀਂ ਮੌਲ ਵਿੱਚ ਜਾਂਦੇ ਹੋ ਅਖੋ ਵਾਹਿਗੁਰੂ ਜਦੋਂ ਤੁਸੀਂ ਏਅਰਪੋਰਟ 'ਤੇ ਜਾਂਦੇ ਹੋ ਅਤੇ ਤੁਸੀਂ ਇਸ ਤਰ੍ਹਾਂ ਦੀ ਹੀਣਤਾ ਮਨ ਵਿੱਚ ਰੱਖਦੇ ਹੋ ਵੀ ਜਿਹੜੇ ਕੇਸ ਕੱਟਿਆਂ ਵਾਲੇ ਨੇ ਜਿਨ੍ਹਾਂ ਨੇ ਜੀਨਾਂ ਪਾਈਆਂ ਜਿਨ੍ਹਾਂ ਨੇ ਟੋਪੀਆਂ ਪਾਈਆਂ ਸਾਡੇ ਤੋਂ ਸੁਪੀਰੀਅਰ ਨੇ ਅਸੀਂ ਸ਼ਾਇਦ ਪੁਰਾਣੇ ਜਿਹੇ ਰਿਵਾਜ ਵਾਲੇ ਹਾਂ ਅਤੇ ਉੱਥੇ ਉਹਨਾਂ ਨੂੰ ਮੈਂ ਰੋਜ਼ ਇਹ ਪੱਕੀ ਕਰਦਾ ਸਾਂ ਵੀ ਤੁਸੀਂ ਤੁਰਿਆ ਕਰੋ ਸ਼ਹਿਜ਼ਾਦਿਆਂ ਵਾਂਗ ਉਹ ਮਾਣ ਅਮਰੀਕਾ ਦੇ ਰਾਸ਼ਟਰਪਤੀ ਦੇ ਬੱਚੇ ਨੂੰ ਨਾ ਹੋਵੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੂੰ ਮਹਿਸੂਸ ਕਰੋ ਵੈਸੇ ਮੈਂ ਤੁਹਾਨੂੰ ਇਮੋਸ਼ਨਲ ਨਹੀਂ ਕਰ ਰਿਹਾ ਮਹਿਸੂਸ ਕਰੋ ਹੈਗਾ ਹੀ ਆ ਸੱਚ ਤਾਂ ਸੱਚ ਹੀ ਹੈ ਮੇਰੀ ਜ਼ਬਾਨ ਅਜੇ ਛੋਟੀ ਆ ਮੈਂ ਇੰਨਾ ਕਹਿ ਨਹੀਂ ਸਕਦਾ ਮਗਰ ਤੁਸੀਂ ਖੁਦ ਪੜ੍ਹੋ ਵੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰੇ ਸਾਹਿਬਾਨਾਂ ਨੇ ਇਹ ਰਾਈਟ ਦਿੱਤਾ ਹੈ ਸਿੱਖ ਦਾ ਦਾੜਾ ਹੋਵੇ ਦਸਤਾਰ ਹੋਵੇ ਅਮੀਰ ਹੋਵੇ ਅਰਬਾਂਪਤੀ ਹੋਵੇ ਜੇ ਉਹਨੇ ਅੰਮ੍ਰਿਤ ਦੀ ਦਾਤ ਨਹੀਂ ਲਈ ਤਾਂ ਉਹ ਆਪਣੇ ਬਾਪ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਬਦ ਨਹੀਂ ਲਿਖ ਸਕਦਾ ਕਹਿੰਦਾ ਮੇਰਾ ਗੁਰੂ ਆ ਕਹਿ ਸਕਦਾ ਬਾਪ ਨਹੀਂ ਬਾਪ ਉਹ ਲਿਖ ਸਕਦਾ ਜਿਹਨੇ ਕੰਡੇ ਬਾਟੇ ਦੀ ਪੌਲ ਲਈ ਉਹ ਲਿਖ ਸਕਦਾ ਮੇਰੇ ਪਿਤਾ ਦਾ ਨਾਮ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੈਂ ਪੁੱਤ ਹਾਂ ਅਤੇ ਉਸ ਪਿਓ ਨੇ ਪਿਤਾ ਕਿਰਪਾਲ ਆਗਿਆ ਇਹ ਦੀਨੀ ਕਿਹਨੂੰ ਵਿਸ਼ਨੂੰ ਨੂੰ ਭੰਡਾਰੀ ਨੂੰ ਇੱਕ ਸੰਸਾਰੀ ਭੰਡਾਰੀ ਮੀਨਜ ਭੰਡਾਰ ਵੰਡਣ ਵਾਲਾ ਭੰਡਾਰੇ ਦਾ ਮਾਲਕ ਜਿਹਨੂੰ ਬਣਾਇਆ ਸੀ ਉਹਨੂੰ ਆਖਿਆ ਵੀ ਵੇਖੋ ਸਾਰੀ ਸ੍ਰਿਸ਼ਟੀ ਨੂੰ ਤਾਂ ਤੂੰ ਆਪਣੇ ਹਿਸਾਬ ਕਿਤਾਬ ਨਾਲ ਵੰਡ ਸਕਦਾ ਹੈ ਜਦੋਂ ਆਹ ਸਰੂਪ ਵਾਲਾ ਤੇਰੇ ਕੋਲ ਕੋਈ ਆਵੇ ਜਿਹਨੇ ਗਾਤਰਾ ਪਾਇਆ ਹੋਵੇ ਜਿਹਨੇ ਕਛਹਿਰਾ ਪਾਇਆ ਹੋਵੇ ਜਿਹਨੇ ਅੰਮ੍ਰਿਤ ਦੀ ਦਾਤ ਲਈ ਹੋਵੇ ਅਤੇ ਜਿਹਦੇ ਨਾਮ ਆਈ ਡੀ ਦੇ ਉੱਤੇ ਲਿਖਿਆ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਇਹ ਜੋ ਮੰਗੇ ਹੁਣ ਪਿਓ ਨੂੰ ਪਤਾ ਹੈ ਵੀ ਪੁੱਤ ਇੰਨਾ ਅੰਮ੍ਰਿਤ ਛੱਕ ਕੇ ਸਮਝਦਾਰ ਹੋ ਗਿਆ ਇਹਨੇ ਵਿਖ ਮੰਗਣਾ ਹੀ ਨਹੀਂ ਨਹੀਂ ਪਤਾ ਲੱਗਾ ਉਹ ਚੀਜ਼ ਮੰਗਣੀ ਨਹੀਂ ਜਿਹੜੀ ਗੁਰਮਤ ਵਿੱਚ ਨਹੀਂ ਹੁਣ ਅੰਮ੍ਰਿਤਧਾਰੀ ਤੇ ਸ਼ਰਾਬ ਮੰਗਣ ਹੋ ਰਿਹਾ ਆਖੋ ਵਾਹਿਗੁਰੂ ਅੰਮ੍ਰਿਤਧਾਰੀ ਤੇ ਰਾਜ ਮੰਗਣ ਹੋ ਰਿਹਾ ਉਹ ਤੇ ਹੈ ਹੀ ਰਾਜਾ ਸਿੰਘ ਮਣੇ ਬਾਦਸ਼ਾਹ ਸਿੰਘ ਮਣੇ ਪਤਾ ਹੈ ਨਾ ਸਿੰਘ ਦਾ ਮਤਲਬ ਸ਼ੇਰ ਵੀ ਹੁੰਦਾ ਹੈ ਉਹ ਜੰਗਲ ਦਾ ਸ਼ੇਰ ਬਾਦਸ਼ਾਹ ਹੁੰਦਾ ਹੈ ਇਹ ਧਰਤੀ ਦਾ ਰਾਜਾ ਹੈ ਆਪਣੀ ਹੋਂਦ ਨੂੰ ਪਛਾਣੋ ਅਤੇ ਮੈਂ ਉਹਨਾਂ ਬੱਚਿਆਂ ਨੂੰ ਕਹਿੰਦਾ ਸਰ ਤੁਸੀਂ ਏਅਰਪੋਰਟ 'ਤੇ ਇਸ ਤਰ੍ਹਾਂ ਤੁਰਿਆ ਕਰੋ ਮੈਂ ਆਸਟ੍ਰੇਲੀਆ ਇੱਕ ਸਿੰਘ ਨੂੰ ਜਾਣਦਾ ਮੈਨੂੰ ਛੱਡਣ ਆਇਆ ਏਅਰਪੋਰਟ 'ਤੇ ਗੋਲ ਪੱਗ ਸੀ ਉਹਦੀ ਚੋਲਾ ਸੀ ਅੱਖ ਵਾਹਿਗੁਰੂ ਅਸੀਂ ਗੱਡੀ 'ਚੋਂ ਉਤਰ ਕੇ ਮੈਨੂੰ ਸੰਗਤ ਤੁਹਾਡੇ ਚੌਂਕੀਦਾਰ ਨੂੰ ਇਹ ਕਹੀ ਜਾਂਦੀ ਦੁਬਾਰਾ ਕਦੋਂ ਆਓਗੇ ਫਿਰ ਆਇਓ ਇਸ ਤਰ੍ਹਾਂ ਦੇ ਵਚਨ ਕਰ ਰਹੀ ਸੀ ਮਗਰ ਉਹ ਤੁਰਿਆ ਉਹ ਜਿਹੜਾ ਨਾਲ ਹੀ ਸਾਡੇ ਆਇਆ ਸੀ 6 ਫੁੱਟ ਲੰਬਾ ਸਿੰਘ ਜਦੋਂ ਤੁਰਿਆ ਨਾ ਇਸ ਤਰ੍ਹਾਂ ਨਹੀਂ ਜਿਹੜੇ ਜਿਹੜੇ ਗੋਰੇ ਨੇ ਵੇਖਿਆ ਜਿਹੜੀ ਜਿਹੜੀ ਗੋਰੀ ਧੀ ਨੇ ਵੇਖਿਆ ਜਿੱਥੇ ਜਿੱਥੇ ਖਲੋਤੇ ਸੀ ਉੱਥੇ ਹੀ ਜੰਮ ਗਏ ਸਿੱਖ ਦੀ ਤੋਰ ਵੇਖ ਕੇ
ਪਾਤਸ਼ਾਹ ਵਾਂਗੂ ਤੁਰਿਆ ਏਅਰਪੋਰਟ 'ਤੇ, ਜਿਹਨੇ ਜਿਹਨੇ ਵੇਖਿਆ ਉੱਥੇ ਹੀ ਜਾਮ ਹੋਵੇ। ਮੈਂ ਵੇਖਿਆ ਬੜੇ ਬੜੇ ਭੱਜੇ ਜਾਂਦੇ ਏਅਰਪੋਰਟ ਦੇ ਕਾਊਂਟਰ ਨੂੰ, ਇੱਕ ਵਾਰ ਸਿੱਖ ਨੂੰ ਵੇਖਿਆ ਉੱਥੇ ਲੱਤਾਂ ਜੰਮ ਗਈਆਂ। ਕੌਣ ਆ ਗਿਆ ਏਅਰਪੋਰਟ 'ਤੇ ਜਿਹਦੀ ਇੰਨੀ ਮਸਤਾਨੀ ਚਾਲ ਆ, ਜਿਹਦੀ ਆਭਾ ਇੰਨੀ ਸੋਹਣੀ ਹੈ, ਜਿਹਦਾ ਸੰਪੂਰਨ ਸਰੂਪ ਆ। ਉਹ ਜਾ ਕੇ ਕੁਰਸੀ 'ਤੇ ਬਹਿ ਗਿਆ, ਉਹਦੀਆਂ ਅੱਖਾਂ ਇੱਕ ਜਗ੍ਹਾ 'ਤੇ ਗੱਡੀਆਂ ਗਈਆਂ, ਅੱਖਾਂ ਇੱਕ ਜਗ੍ਹਾ 'ਤੇ ਉਹਦੀਆਂ ਖਲੋਂਦੀਆਂ ਜਿੱਤੇ ਪੂਰਨ ਬਖਸ਼ਿਸ਼ ਹੋਵੇ। ਆਹ ਮੈਂ ਕਥਾ ਕਰਦਿਆਂ ਵਹਿੰਦਾ ਰਹਿੰਦਾ ਤੁਹਾਨੂੰ ਸਾਰਿਆਂ ਨੂੰ, ਅਤੇ ਮੈਂ ਅੱਗੋਂ ਕਹਿੰਦਾ ਨਹੀਂ, ਉਹਨੂੰ ਕਹਿੰਦਾ ਜਿਹਦੀਆਂ ਅੱਖਾਂ ਐਂ ਘੁੰਮਣ ਡਈਆਂ, ਜਿਹਦੀਆਂ ਐਂ ਅੱਖਾਂ ਘੁੰਮ ਰਹੀਆਂ, ਸਭ ਨੂੰ ਮਨ ਵੀ ਘੁੰਮ ਰਿਹਾ, ਅੱਖ ਖਲੋਤੀ ਹੈ ਅਤੇ ਮਨ ਵੀ ਟਿਕਿਆ ਹੈ। ਆਖੋ ਵਾਹਿਗੁਰੂ, ਤੁਸੀਂ ਅੱਖ ਨੂੰ ਇੱਕ ਜਗ੍ਹਾ 'ਤੇ ਖਿਲਾਰ ਕੇ ਮਨ ਨੂੰ ਭਜਾ ਕੇ ਵੇਖੋ, ਮੇਰਾ ਮੈਂ ਸਿਰ ਕੱਟ ਦਿਓ ਜੇ ਭੱਜੇ 'ਤੇ, ਕਦੀ ਕਰਕੇ ਵੇਖ ਲਿਓ। ਇਹ ਅੱਖ ਦੇ ਨਾਲ, ਕਿਉਂਕਿ ਤੁਸੀਂ ਇੱਧਰ ਉੱਧਰ ਵੇਖੋਗੇ, ਜਿਹੜੀ ਚੀਜ਼ ਵੇਖੋਗੇ ਮਨ ਨੇ ਉਹ ਆਵਾਜ਼ ਦੇਣੀ, ਆਹ ਚੀਜ਼ ਵੇਖੀ। ਤੁਸੀਂ ਨੋਟ ਕਰੋ ਅਤੇ ਅੱਜ ਤੋਂ ਫਖਰ ਕਰਕੇ ਕਿਹਾ ਕਰੋ, ਮੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਹਾਂ। ਇੰਨੇ ਮਾਣ ਵਿੱਚ ਜੀਓ। ਉਸ ਪਿਤਾ ਨੇ ਦਰਵਾਜ਼ੇ ਖੋਲ੍ਹ ਕੇ ਆਖਿਆ, ਬਾਹਰ ਕਮੁੱਖ ਮੰਗੇ ਸੋ ਦੇਣਾ। ਉਹ ਵੇਖੋ ਲਿਖਿਆ ਉੱਤੇ ਅੱਗੋਂ। ਹੁਣ ਪੁੱਤ ਬੜਾ ਤ੍ਰਿਪਤ ਹੋ ਚੁੱਕਿਆ ਸੀ, ਪਕੜ ਰਹੇ ਹੋ, ਕਿਤੇ ਭੱਜੇ ਤਾਂ ਨਹੀਂ ਫਿਰਦੇ, ਬੜਾ ਔਖਾ ਹੈ ਟਿਕਣਾ। ਉਹ ਥਰਮਾਮੀਟਰ ਦੇ ਵਿੱਚ ਪਾਰਾ ਨਹੀਂ ਹੁੰਦਾ, ਪਾਰਾ ਹੁੰਦਾ, ਉਹ ਕੀ ਹੁੰਦਾ, ਉਹ ਪਾਰਾ ਹੀ ਨਾ, ਉਹਨੂੰ ਕੋਈ ਖਿਲਾਰ ਨਹੀਂ ਸਕਦਾ। ਇਹ ਪਾਰੇ ਦਾ ਵੀ ਪਿਓ ਆ, ਮਨ ਮਨ ਕਿੱਥੇ ਰੁਕਦਾ ਹੈ, ਤਗੜੇ ਹੋ। ਪੁੱਤ ਅੱਗੋਂ ਤ੍ਰਿਪਤ ਹੋ ਚੁੱਕਿਆ ਸੀ, ਮੰਗਾ ਤੋਂ ਉੱਤੇ ਉੱਠ ਖਲੋਤਾ ਸੀ। ਜਦੋਂ ਉਹਨੇ ਦਰਵਾਜ਼ਾ ਖੋਲ੍ਹ ਕੇ ਆਖਿਆ ਵੀ ਸਾਰੇ ਦਾ ਸਾਰਾ ਦਰਵਾਜ਼ਾ ਤੇਰੇ ਲਈ ਖੋਲ੍ਹ ਦਿੱਤਾ, ਦੱਸ ਤੈਨੂੰ ਕੀ ਚਾਹੀਦਾ ਹੈ। ਅਤੇ ਉਹ ਵਿਸ਼ਨੂੰ ਨੂੰ ਵੀ, ਭੰਡਾਰੀ ਨੂੰ ਵੀ ਕਹਿੰਦਾ ਪਰੇ ਹੋ ਜਾ, ਇਹ ਜਿੰਨਾ ਤੈਨੂੰ ਸਮਾਨ ਵੰਡਣ ਨੂੰ ਦਿੱਤਾ ਮੈਂ ਇਹਦੇ ਤੋਂ ਤਾਂ ਉੱਠ ਖਲੋਤਾ, ਨਹੀਂ ਬਦਲ ਗਏ ਨਹੀਂ ਮੇਰੀ ਸੁਰਤ ਤੋਂ, ਤਾਂ ਹੈ। ਫਿਰ ਕੀ ਮੰਗਦਾ, ਨਾਨਕ ਬਾਰਕ ਦਰਸ ਪ੍ਰਭ ਚਾਰ। ਮੈਂ ਤੇ ਹੁਣ ਪਿਓ ਦੇ ਦਰਸ਼ਨ ਤੇ, ਉਹਦੇ ਚੋਂ ਮੇਰੀ ਭੁੱਖ ਮਿਟਣੀ, ਦਰਸ਼ਨ ਭੇਟਤ ਉਤਰੀ ਭੁੱਖ, ਉਹਦੇ ਦੀਦਾਰ ਕੀਤਿਆਂ ਮੇਰੀ ਭੁੱਖ ਲੱਥਣੀ ਹੈ। ਕੋਈ ਦੁਨੀਆਂ ਦੀ ਤਾਕਤ, ਕੋਈ ਦੁਨੀਆਂ ਦਾ ਪਦਾਰਥ ਮੇਰੀ ਭੁੱਖ ਨਹੀਂ ਲਾ ਸਕਦਾ। ਅਤੇ ਅੱਜ ਮੈਂ ਆਪ ਜੀ ਨੂੰ ਇਹ ਬੇਨਤੀ ਕੀਤੀ ਆ ਵੀ ਉਸ ਮਾਲਕ ਦੇ ਘਰ ਜਾ ਕੇ ਇਹ ਕਹਿ ਕੇ ਵੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ, ਬੋਲਿਆ ਕਰੋ, ਕਹੋ ਕਹੋ ਸੱਚੀ ਮੁੱਚੀ। ਜਿਹੜਾ ਜਿਹੜਾ ਕਹੂਗਾ ਉਹ ਆਪਣੀ ਲਿਸਟ ਵਿੱਚ ਭਿਖਾਰੀ ਸ਼ਬਦ ਲਿਖ ਦੂਗਾ, ਬਾਪੂ ਮੇਰਾ ਵੀ ਇਹ ਪੁੱਤ ਮੇਰਾ ਭਿਖਾਰੀ ਬਣ ਗਿਆ। ਅਤੇ ਜਿਹੜਾ ਭਿਖਾਰੀ ਬਣਿਆ ਉਹ ਹੀ ਗੁਰਬਾਣੀ 'ਚ ਲਿਖਿਆ ਰਾਜਾ ਬਣਿਆ, ਭਿਖਾਰੀ 'ਤੇ ਰਾਜ ਕਰਾਵੇ, ਭਿਖਾਰੀ 'ਤੇ ਰਾਜਾ 'ਤੇ। ਜੇ ਤਾਂ ਤੁਸੀਂ ਭਿਖਾਰੀ ਬਣੋਗੇ ਤਾਂ ਫਿਰ ਤਾਂ ਪਾਤਸ਼ਾਹੀਆਂ ਬਖਸ਼ੂਗਾ, ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹ, ਗਰੀਬੀ ਤੁਹਾਡੇ 'ਚ ਆਊਗੀ ਅਤੇ ਤੁਹਾਨੂੰ ਰੱਬ ਪਾਤਸ਼ਾਹ ਬਣਾਊ, ਗਰੀਬੀ ਬਣੇ ਨਿਮਰਤਾ।
ਇਸ ਕਰਕੇ ਅੱਜ ਦੇ ਬਚਨ ਵਿੱਚ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਅਤੇ ਮੰਗਣ ਵਾਲੇ ਨੇ ਕਿਹਾ ਮੈਂ ਕਿਆ ਮੰਗੂ, ਇਹ ਤੁਹਾਡੀਆਂ ਸਾਰੀਆਂ ਪਈਆਂ ਚੀਜ਼ਾਂ 'ਚੋਂ ਕੀ ਮੰਗਾਂ, ਕਿਛ ਥਿਰ ਨਾ ਰਹਾਈ। ਇਹਦੇ 'ਚ ਤਾਂ ਸਭ ਕੁਝ ਹੀ ਚਲਾਏਮਾਨ, ਘਰ ਵੀ ਚਲਾਏਮਾਨ, ਗੱਡੀ ਵੀ ਚਲਾਏਮਾਨ, ਸਰੀਰ ਵੀ ਚਲਾਏਮਾਨ, ਧੀਆਂ ਪੁੱਤਰ ਪਰਿਵਾਰ ਵੀ, ਇਹਨਾਂ 'ਚੋਂ ਕੀ ਮੰਗਾਂ। ਉਹਨੇ ਕਿਹਾ ਫਿਰ ਤੂੰ ਦੱਸ। ਹਰ ਦੀਜੇ ਨਾਮ ਪਿਆਰੀ, ਹੇ ਹਰੀ ਜੀ ਅਸੀਸ ਦਿਓ, ਨਾਮ ਤਾਂ ਮੈਨੂੰ ਮਿਲ ਚੁੱਕਿਆ ਹੈ, ਨਹੀਂ ਪਤਾ ਲੱਗਾ ਨਾ ਨਾਮ ਤਾਂ ਮੈਨੂੰ ਕੁੜਮਲੇ ਪਾਈ ਹੋਵੇ ਨਾ ਮੁੰਦਰੀ, ਅਤੇ ਬੰਦਾ ਹੱਥੋਂ ਨਹੀਂ ਲਾਉਂਦਾ ਵੀ ਇਹ ਕੁੜਮ ਦੀ ਮੁੰਦਰੀ ਆ, ਅਤੇ ਮੈਂ ਲੋਕਾਂ ਨੂੰ ਦੱਸੂੰਗਾ ਵੀ ਮੈਨੂੰ ਅਮੀਰ ਕੁੜਮ ਮਿਲਿਆ ਹੈ ਜਿਹਨੇ ਮੈਨੂੰ ਮੁੰਦਰੀ ਦਿੱਤੀ। ਸਿੱਖਾ ਫਖਰ ਕਿਉਂ ਨਹੀਂ ਕਰਦਾ, ਕਿਉਂ ਨਹੀਂ ਕਹਿੰਦਾ ਦੋ ਜਹਾਨ ਦਾ ਮਾਲਕ ਮੇਰਾ ਬਾਪ ਮਿਲਿਆ ਜਿਹਨੇ ਮੈਨੂੰ ਦਿੱਤਾ ਵਾਹਿਗੁਰੂ 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 ਵਾਹਿਗੁਰੂ। ਜੁੜ ਕੇ ਜੁੜ ਕੇ ਜੁੜ ਕੇ ਧੁਨੀ ਚ ਕਰਦੇ ਹੁੰਦੇ ਹਾਂ। ਬਾਹਰਲੇ ਦੇਸ਼ ਦੇ ਵੀ ਕਾਫੀ ਲੋਕ ਜੁੜਦੇ, ਧਿਆਨ ਦਿਓ। ਉਹਦੇ ਉੱਤੇ ਸ਼ਬਦ ਆ ਗਿਆ ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਸੋਈ ਪੂਰਾ,
ਜੋ ਇਸ ਮਾਰੇ ਸੋਈ ਸੂਰਾ, ਪੂਰਾ ਸ਼ਬਦੀ ਇਹੋ ਗੱਲ ਕਹੀ ਜਾਂਦਾ, ਜੋ ਇਸ ਮਾਰੇ, ਜੋ ਇਸ ਮਾਰੇ। ਤੇ ਜਰਿਆ ਨਾ ਗਿਆ ਕਿਸੇ ਕੋਲੋਂ ਵਿੱਚੋਂ ਆਵਾਜ਼ ਦੇ ਕੇ, ਕਹਿੰਦਾ ਉਹ ਹੈ ਕੀ ਜਿਹੜੀ ਮਾਰਨੀ ਆ, ਉਹ ਬੋਲੋ ਸ਼ਾਂਤ ਹੋ ਕੇ ਸੁਣੋ। ਮੈਂ ਕਿਹਾ ਇੰਤਜ਼ਾਰ ਕਰੋ ਸਮੇਂ ਤੇ ਆਖੂਗਾ ਉਹ। ਤੇ ਅੱਗੇ ਜਾ ਕੇ ਆਖਿਆ, ਐਸਾ ਕੋਈ, ਐਸਾ ਕੋਈ, ਐਸਾ ਕੋਈ ਆ ਜੇ ਦੁਬਦਾ ਮਾਰ ਗਵਾਵੇ, ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕਮਾਵੇ, ਰਾਜ ਜੋਗ ਕਮਾਵੇ। ਚੰਗੀ ਤਰ੍ਹਾਂ ਫੜ ਲਓ ਹਾਂ, ਕੀ ਆਖਿਆ ਇਹਨੂੰ ਮਾਰ ਕੇ? ਇੱਧਰ ਧਿਆਨ ਦਿਓ, ਖਿੰਡੋ ਨਾ। ਖਾਂਸੀ ਆ ਜਾਣੀ ਕੋਈ ਕੈਰ ਦੀ ਗੱਲ ਨਹੀਂ ਗੀ। ਰਾਤੀ ਮੈਨੂੰ ਵੀ ਆਈ ਕਥਾ 'ਚ, ਮੈਨੂੰ ਹੁਣ ਅਮਰੀਕਾ ਤੋਂ ਫੋਨ ਆ ਗਿਆ, ਬਚੇ ਹੋ? ਮੈਂ ਕਿਉਂ? ਕਹਿੰਦੇ ਕਥਾ 'ਚ ਖਾਂਸੀ ਆਉਂਦੀ ਸੀ। ਆਮ ਅੱਗੇ ਵੀ ਆਉਂਦੀ ਸੀ ਤੁਹਾਨੂੰ, ਤੇ ਸਾਨੂੰ ਖਾਂਸੀ, ਡਰ ਹੀ ਗਏ ਆਪਾਂ। ਆਖੋ ਵਾਹਿਗੁਰੂ ਕੀ ਮਾਰਨਾ ਹੈ? ਦੁਬਦਾ। ਇਨ ਦੁਬਦਾ ਘਰ ਬਹੁਤੇ ਗਾਲੇ, ਘਰਾਂ ਦੇ ਘਰ ਗਾਲਤੇ, ਵੀ ਨਾਮ ਜਪਣਾ ਚਾਹੀਦਾ ਕਿ ਨਹੀਂ? ਇਹ ਦੁਬਦਾ ਆ ਤਾਂ ਨਹੀਂ ਠੀਕ ਕਹਿੰਦੇ ਜਿਹੜੇ ਕਹਿੰਦੇ ਜਪਣ ਦੀ ਜ਼ਰੂਰਤ ਨਹੀਂ, ਇਹੀ ਦੁਬਦਾ ਹੈ। ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮੇਰੇ ਪਿਤਾ ਜੀ ਗੁਰਦੇਵ ਹੈ ਨੇ ਕਿ ਨਹੀਂ? ਇਹ ਦੁਬਦਾ ਹੈ। ਅਤੇ ਜਿੰਨਾ ਚਿਰ ਇਹ ਹੈ, ਇਸ ਮਾਰੀ ਬਿਨ ਥਾਂ ਨਾ ਭਰੇ ਨਹੀਂ, ਤੁਹਾਡਾ ਜਪਿਆ ਹੋਇਆ ਨਾਮ ਕਿਸੇ ਥਾਂ ਨਹੀਂ ਪੈਣਾ ਜਿੰਨਾ ਚਿਰ ਕਿੱਲਾ ਨਹੀਂ ਗੱਡਿਆ ਵੀ ਇਹੋ ਹੀ ਸ਼ਬਦ ਆ, ਇਹੀ ਮੇਰਾ ਗੁਰੂ ਆ, ਮੇਰੀ ਮਨੁੱਖਾ ਦੇ ਦਾ ਕਲਿਆਣਕਾਰੀ ਇਹੋ ਹੀ ਸ਼ਬਦ ਆ। ਕਿਹੜਾ? ਵਾਹਿਗੁਰੂ, 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 ਕਿੱਲਾ ਕੱਢੋ। ਜਿਵੇਂ ਜੀ ਉਹ ਖਲੋਣਾ ਬੀਜਿਆ, ਇਹ ਸੀਜਨ ਆ ਨਾਮ ਜਪਣ ਦਾ, ਅਜੇ ਚੁਗਲੀਆਂ ਨਹੀਂ ਅੰਦਰ ਆਈਆਂ, ਨਿੰਦਾ ਨਹੀਂ ਆਈ, ਗੰਦ ਨਹੀਂ ਉੱਗਿਆ ਅਜੇ ਪੈਲੀ ਚ, ਕੀ ਮੰਗਣਾ ਹੈ? ਨਾਮ ਦਾਤਾ, ਜਦੋਂ ਮੰਗਣਾ ਹੈ
ਇੰਨਾ ਕੁਝ ਬਾਪੂ ਨੇ ਕਹਿਤਾ ਹੋਵੇ ਵੀ ਵਿਣ ਤੁਦ ਹੋਰ ਜੇ ਮੰਗਣਾ, ਵੇਖੋ ਫਿਰ ਵੀ ਬੰਦਾ ਹੋਰ ਮੰਗੀ ਜਾਂਦਾ। ਗੁਰੂ ਨੇ ਕਹਿਤਾ ਹੋਵੇ, ਇਹ ਪਰਮਜੀਤ ਸਿੰਘ ਨੇ ਨਹੀਂ ਕਿਹਾ ਹੋਵੇ ਗੁਰੂ ਨੇ ਵੀ ਪੁੱਤ ਆਹ ਗੱਲ ਚੇਤੇ ਰੱਖੀ ਵੀ ਜੇ ਰੱਬ ਦੇ ਨਾਮ ਤੋਂ ਬਿਨਾਂ ਤੂੰ ਮੰਗਿਆ ਜੋ ਵੀ ਮੰਗਿਆ ਉਹ ਸਿਰ ਦੁੱਖਾਂ ਕੇ ਦੁੱਖ ਦੁੱਖ ਨਹੀਂ ਦੁੱਖਾਂ ਦੇ ਸਿਰੇ ਦੇ ਦੁੱਖ ਨੇ। ਤੂੰ ਪੁੱਤ ਮੰਗ ਕੇ ਵੇਖ ਲਾ, ਤੂੰ ਘਰ ਮੰਗ ਕੇ ਵੇਖ ਲਾ, ਤੂੰ ਦੌਲਤ ਮੰਗ ਕੇ ਵੇਖ ਲਾ। ਆਖੋ ਵਾਹਿਗੁਰੂ ਕੀ ਮੰਗਣਾ, ਨਾਮ ਮੰਗਣਾ, ਪਿਤਾ ਜੀ ਨਾਮ ਬਖਸ਼ੋ। ਅਤੇ ਤੁਸੀਂ ਫਿਰ ਇਹ ਨਾ ਕਹਿਣਾ ਆਖੋ ਵਾਹਿਗੁਰੂ, ਤੂੰ ਕਹਿੰਦਾ ਪੁੱਤ ਵੀ ਚਾਹੀਦੇ ਨੇ, ਧੀਆਂ ਵੀ ਚਾਹੀਦੀਆਂ, ਘਰ ਵੀ ਚਾਹੀਦੇ। ਮੇਰੇ ਵੀਰੋ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਨਾਮ ਜਪਣ ਵਾਲੇ ਨੂੰ ਜਿਹੜਾ ਘਰ ਮਿਲੂਗਾ ਉਹ ਕਰਾਮਾਤ ਹੋਊਗੀ, ਭਾਵੇਂ ਉਹ ਕੱਖਾਂ ਦੀ ਝੁੱਗੀ ਹੋਈ ਅਤੇ ਭਾਵੇਂ ਉਹ ਇੱਟਾਂ ਦਾ ਮਹਿਲ ਹੋਇਆ, ਹੋਊਗਾ ਕਰਾਮਾਤ। ਪਤਾ ਲੱਗਾ ਜੀ, ਨਾਮ ਜਪਣ ਵਾਲੇ ਨੂੰ ਜਿਹੜਾ ਪੁੱਤ ਮਿਲੂਗਾ, ਜਿਹੜੀ ਮਾਂ ਨੇ ਗਰਭ ਵਿੱਚ ਆਏ ਬੱਚੇ ਲਈ ਸਹਿਜ ਪਾਠ ਕੀਤਾ ਉਹ ਪੁੱਤ ਕਰਾਮਾਤੀ ਹੋ। ਜਿਹੜੀ ਮਾਂ ਸਾਰੀ ਸਾਰੀ ਰਾਤ ਟੀਵੀ ਖੇਡਦੀ ਰਹੀ, ਫੋਨ 'ਤੇ ਖੇਡਦੀ ਰਹੀ, ਜਿਹੜੀ ਔਲਾਦ ਆਊਗੀ ਉਹ ਸਿਰ ਦੁੱਖਾਂ ਕੇ ਦੁੱਖ ਹੋਊਗੀ। ਗੱਲ ਪਕੜੋ, ਗੱਲ ਨੂੰ ਚੰਗੀ ਤਰ੍ਹਾਂ ਚਿੱਥੋ। ਹੋ ਸਕਦਾ ਅਗਲੀ ਘੜੀ ਦਾ ਸਾਨੂੰ ਪਤਾ ਕੋਈ ਪਤਾ ਨਹੀਂ ਕਿਸੇ ਨੂੰ, ਪਹਿਲਾਂ ਚਿੱਥ ਲਓ ਉਸ ਗੱਲ 'ਤੇ, ਕਿੱਲਾ ਕੱਢੋ ਵੀ ਔਲਾਦ ਵੀ ਉਹ ਕਰਾਮਾਤੀ ਹੋਊਗੀ ਜਿਸ ਔਲਾਦ ਦੇ 9 ਮਹੀਨੇ ਪੇਟ 'ਚ ਰਹਿੰਦਿਆਂ ਮਾਂ ਨੇ ਸਹਿਜ ਪਾਠ ਕੀਤਾ ਹੈ। ਗੰਦ ਤਾਂ ਬਥੇਰਾ ਧਰਤੀ 'ਤੇ ਉੱਗਿਆ ਹੈ, ਮਨੁੱਖ ਥੋੜ੍ਹੇ ਨੇ, ਹਰਕਤਾਂ ਪਸ਼ੂਆਂ ਤੋਂ ਵੀ ਮਾੜੀਆਂ ਨੇ, ਨਾਮ ਮਨੁੱਖ ਦੇ ਹੀ ਹੈ। ਆਖੋ ਵਾਹਿਗੁਰੂ। ਕੱਲ੍ਹ ਕੇ ਪਰਸੋਂ ਆਪਾਂ ਪੜ੍ਹਿਆ ਆਵਨ ਆਏ ਸਿਸ਼ਟ ਮੈਂ ਬਿਨ ਬੂਝੇ ਪਸ ਢੋਰ, ਪਸ਼ੂ ਢੋਰ ਮੂਰਖ ਜੰਮੀਆਂ ਜਾਂਦੀਆਂ ਨੇ, ਔਲਾਦਾਂ ਜੰਮੀ ਜਾਂਦੇ ਲੋਕ, ਉਹਨਾਂ ਦਾ ਕਸੂਰ ਨਹੀਂ, ਔਲਾਦ ਦਾ ਕਸੂਰ ਨਹੀਂ। ਪਤਾ ਅਤੀ ਉਹ ਮੈਂ ਕੀ ਕਹਿ ਰਿਹਾ, ਔਲਾਦ ਦਾ ਜੰਮਣ ਵਾਲੀ ਦਾ ਕਸੂਰ ਆ। ਤੁਸੀਂ ਜਿਸ ਭਾਂਡੇ 'ਚ ਦੁੱਧ ਜਮਾਉਣਾ ਚਾਹੁੰਦੇ ਹੋ ਭਾਂਡਾ ਤਾਂ ਸਾਫ ਚਾਹੀਦਾ। ਮਸਕੀਨ ਸਾਹਿਬ ਕਹਿੰਦੇ ਅਨੰਤ ਅਨੰਤ ਰੂਹਾਂ ਧਰਤੀ 'ਤੇ ਆਉਣੀਆਂ ਚਾਹੁੰਦੀਆਂ ਨੇ ਜਿਹੜੀਆਂ ਨਾਮ ਜਪੀਆਂ ਜਪਣ ਵਾਲੀਆਂ ਨੇ, ਮਗਰ ਉਹਨਾਂ ਨੂੰ ਕੁੱਖਾਂ ਪਵਿੱਤਰ ਨਹੀਂ ਮਿਲ ਰਹੀਆਂ। ਹੱਥ ਜੋੜ ਕੇ ਬੇਨਤੀ ਹੈ ਗੁਰੂ ਰਾਮਦਾਸ ਕੋਲੋਂ, ਪਿਤਾ ਜੀ ਗੁਰੂ ਨਾਨਕ ਸਾਹਿਬ ਕੋਲੋਂ, ਗੁਰੂ ਗ੍ਰੰਥ ਸਾਹਿਬ ਕੋਲੋਂ ਇੱਕੋ ਹੀ ਚੀਜ਼ ਮੰਗੋ, ਦੇਹ ਨਾਮ ਸੰਤੋਖੀਆ। ਉਹ ਤੋਂ ਬਾਅਦ ਜਿਹੜਾ ਜਿਹੜਾ ਕਰਮ ਕਰੋਗੇ, ਔਲਾਦ ਪੈਦਾ ਕਰੋਗੇ ਉਹ ਵੀ ਭਾਗਾਂ ਵਾਲੀ, ਘਰ ਬਣਾਓਗੇ ਭਾਗਾਂ ਵਾਲਾ। ਅੱਜ ਕਿਹੜੇ ਘਰ ਆ ਜਿਹਦੇ ਵਿੱਚ ਰੋਣਾ ਨਹੀਂ? ਰਾਮ ਸਿੰਘ ਧਿਆਨ ਨਾ ਸੁਣ, ਕਿਹੜਾ ਘਰ ਆ ਜਿਹਦੇ 'ਚ ਰੋਣਾ ਨਹੀਂ? ਚੁੱਪ ਹੋ ਗਏ। ਜਿਹੜਾ ਇੱਟਾਂ ਦਾ ਘਰ ਆ ਨਾ ਉਹ ਨਹੀਂ ਰੋਂਦਾ। ਇੱਟਾਂ ਦਾ ਘਰ ਪਾਪੀ ਦਾ ਵੀ ਐਂ ਲੱਗਦਾ ਵੀ ਐਂ ਚਮਕ ਰਿਹਾ, ਨੋਟ ਕਰਿਓ, ਇੱਟਾਂ ਦਾ ਘਰ ਪਾਪੀ ਤੋਂ ਪਾਪੀ ਦਾ ਵੀ ਹੈ ਸ਼ੀਸ਼ੇ ਚਮਕਣ ਡੇ, ਐ ਦੂਰੋਂ ਲਿਸ਼ਮ ਲਿਸ਼ ਹੁੰਦੀ, ਰੋਂਦਾ ਨਹੀਂ, ਘਰ ਨਹੀਂ ਰੋਂਦਾ, ਉਹਦੇ ਵਿੱਚ ਰਹਿਣ ਵਾਲਾ ਰੋਂਦਾ। ਫਿਰ ਇਹਦੇ ਤੋਂ ਵੀ ਬਰੀਕ ਜਾਓ, ਸਰੀਰ ਨਹੀਂ ਰੋਂਦਾ। ਸਰੀਰ 'ਤੇ ਲੋਕਾਂ ਨੂੰ ਹੱਸ ਕੇ ਵਿਖਾਉਂਦਾ ਵੀ ਮੈਂ ਬੜਾ ਖੁਸ਼ ਹਾਂ,
ਇਸ ਤਰ੍ਹਾਂ ਹੀ ਹੈ ਜੀ, ਜਦੋਂ ਕਿਸੇ ਦੇ ਮੱਥੇ ਲੱਗਦਾ ਹੈ ਸਮਾਈਲ ਦਿੰਦਾ ਹੈ ਚਿਹਰੇ ਦੇ ਉੱਤੇ, ਹੱਸਦਾ ਹੈ ਕਿਸੇ ਵੱਲ ਵੇਖ ਕੇ, ਮਗਰ ਅੰਦਰ ਰੋਂਦਾ ਹੈ। ਜੇ ਰੋਣੇ ਮਕਾਉਣੇ ਚਾਹੁੰਦੇ ਹੋ ਤਾਂ ਉਹ ਚੀਜ਼ ਮੰਗੋ ਜਿਹੜੀ ਗੁਰੂ ਕਹਿੰਦਾ ਹੈ, ਦੇ ਨਾਮ ਸੰਤੋਖੀਆ। ਪਤਾ ਲੱਗ ਗਿਆ ਜੀ, ਨਾਮ ਮੰਗੋ ਗੁਰੂ ਕੋਲੋਂ, ਹਰ ਦੀਜੇ ਨਾਮ ਪਿਆਰੀ ਦਿਓ। ਪਿਤਾ ਜੀ ਨਾਮ ਤਾਂ ਮਿਲ ਗਿਆ ਹੈ, ਨਾਮ ਨਾਲ ਪਿਆਰ ਨਹੀਂ। ਤੁਹਾਡਾ ਘੜੀ ਨਾਲ ਪਿਆਰ ਹੈ, ਫੋਨ ਨਾਲ ਪਿਆਰ ਪੈ ਗਿਆ, ਅੱਧੀ ਰਾਤ ਉੱਠੋ ਤਾਂ ਵੀ ਫੋਨ ਦੇ ਦਰਸ਼ਨ ਕਰਦੇ ਹੋ, ਸਵੇਰੇ ਉੱਠਦੇ ਸਭ ਤੋਂ ਪਹਿਲਾਂ, ਕਿਉਂਕਿ ਫੋਨ ਨਾਲ ਪਿਆਰ ਹੋ ਗਿਆ ਤੁਹਾਡਾ। ਨਾਮ ਨਾਲ ਪਿਆਰ ਕਰੋ, ਜਦੋਂ ਸਵੇਰੇ ਉੱਠੋ, ਅੱਧੀ ਰਾਤ ਉੱਠੋ, ਵਾਸ਼ਰੂਮ ਜਾਓ, ਮੂੰਹ 'ਚੋਂ ਨਿਕਲੇ ਵਾਹਿਗੁਰੂ 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 ਜੀਓ, ਵਾਹਿਗੁਰੂ 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 ਸਤਨਾਮ ਸ੍ਰੀ। ਸਮਾਂ ਦੌੜ ਗਿਆ, ਧਿਆਨ ਨਾਲ ਸੁਣੋ ਅੱਜ ਦੇ ਬਚਨ ਨੇ, ਕਿਰਤ ਕਮਾਵਣ ਸ਼ੁਭ ਅਤੇ ਅਸ਼ੁਭ, ਆਜਣਾ ਉੱਤੇ ਚੰਗੀ ਤਰ੍ਹਾਂ ਵੇਖ ਲਿਓ। ਜਿਹੜੇ ਸ਼ੁਭ ਅਤੇ ਅਸ਼ੁਭ ਕਿਰਤ ਕਮਾਈ ਜੀਵਦੀ ਹੁੰਦੀ, ਇਹ ਆਪ ਨਹੀਂ ਕਰਦਾ। ਉੱਤੇ ਪੜੋ, ਕਿੰਨੇ ਤਿੰਨ ਪ੍ਰਭ, ਉਹ ਆਪ ਹੀ ਕਰ ਰਿਹਾ ਸਾਰਿਆਂ 'ਚ ਬਹਿ ਕੇ। ਚੰਗੇ ਮੰਦੇ ਲਾਇਨ ਦੇ ਆਪੇ ਮੱਤੀ, ਚੰਗੇ ਮੰਦੇ ਲਾਇਨ ਦੇ ਆਪੇ ਮੱਤੀ। ਇੱਥੇ ਵੀ ਕਹਿੰਦੇ ਕਿਰਤ ਕਮਾਵਣ ਸ਼ੁਭ ਅਸ਼ੁਭ, ਜਿਹੜੇ ਆਂਦੇ ਸ਼ੁਭ ਕੰਮ ਕਰਦਾ ਅਤੇ ਇਹ ਪਿੱਛੇ ਪਾਵਰ ਕੀ ਹੈ, ਸਤਾ ਕੀ ਹੈ, ਉਹ ਬੈਟਰੀ ਚੋਰ ਦੇ ਹੱਥ ਵਿੱਚ ਆ ਅਤੇ ਉਹ ਹੀ ਸਿਪਾਹੀ ਦੇ ਹੱਥ 'ਚ ਆ। ਇੱਕ ਉਹਨੂੰ ਚੋਰੀ ਲਈ ਵਰਤ ਰਿਹਾ ਹੈ, ਇੱਕ ਉਹਨੂੰ ਚੋਰੀ ਲੱਭਣ ਨੂੰ ਵਰਤ ਰਿਹਾ ਹੈ। ਬੈਟਰੀ ਵਿੱਚ ਜਿਹੜੀ ਸਤਾ ਹੈ ਉਹ ਤਾਂ ਉਹੀ ਹੈ ਨਾ, ਇੱਕੋ ਹੀ ਹੈ ਨਾ, ਹੱਥ ਦਾ ਹੀ ਫਰਕ ਹੈ ਨਾ। ਇਸੇ ਤਰ੍ਹਾਂ ਜੀਵ ਆਤਮਾ ਜਿੰਨੇ ਕੰਮ ਕਰਦੀ ਸਤਾ ਦੇ ਵਿੱਚ ਉਹਦੀ ਆ, ਵਾਹਿਗੁਰੂ ਪਰਮੇਸ਼ਵਰ ਦੀ। ਇਹ ਨਾ ਕਹਿਣਾ ਚੋਰ ਵਿੱਚ ਕੋਈ ਰੱਬ ਹੋਰ ਬੈਠਾ ਹੈ, ਉੱਥੇ ਵੀ ਉਹ ਹੀ ਆ, ਉਹਦੇ ਕਰਕੇ ਹੀ ਹੋ ਰਿਹਾ, ਚੋਰੀ ਵੀ ਉਹਦੇ ਕਰਕੇ ਹੋ ਰਹੀ। ਆਖੋ ਵਾਹਿਗੁਰੂ। ਕਿੰਨੇ ਤਿੰਨ ਪ੍ਰਭ ਆਪ, ਮਗਰ ਅੱਗੇ ਜਾ ਕੇ ਆ ਪਸ, ਪਸ ਮੈਨੇ ਪਸ਼ੂ, ਆਪਣ ਹੋਂ ਹੋਂ ਕਰੇ, ਨਹੀਂ ਪਤਾ ਲੱਗਾ ਪਸ ਪਸ਼ੂ ਕਹਿੰਦਾ ਵੀ ਚੰਗੇ ਮੈਂ ਕੀਤੇ ਮਾੜੇ ਮੈਂ ਕੀਤੇ, ਮਾੜੇ ਕਰਕੇ ਪਛਤਾਉਂਦਾ ਹੈ, ਚੰਗੇ ਕਰਕੇ ਫੁੱਲਦਾ ਹੈ, ਕਿਉਂਕਿ ਮਾੜੇ ਕਰਕੇ ਪਛਤਾਉਂਦਾ ਹੈ, ਫਿਰ ਇਹਨੂੰ ਸੋਗ, ਕਬੂ ਹਰਖ ਕਦੇ ਸੋਗ। ਜੇ ਚੰਗੇ ਕਰਦਾ ਤਾਂ ਖੁਸ਼ ਹੁੰਦਾ ਹੈ, ਮਾੜੇ ਕਰਦਾ ਤਾਂ ਪਛਤਾਉਂਦਾ ਹੈ, ਮਗਰ ਇਹਨੂੰ ਇਹ ਨਹੀਂ ਪਸ਼ੂ ਨੂੰ ਪਤਾ ਵੀ ਸਤਾ ਤੇ ਪਿੱਛ ਉਸ ਮਾਲਕ ਦੀ ਬੈਟਰੀ ਤੇ ਉਹਦੀ ਚੱਲ ਰਹੀ, ਪਤਾ ਲੱਗ ਰਿਹਾ ਕਰਾਉਣ ਵਾਲਾ ਤਾਂ। ਬਸ ਆਪਣਾ ਹੋਂ ਹੋਂ ਕਰੇ, ਪਾਠ ਕਰਨ ਵਾਲੇ ਕਿਤੇ ਵੇਖਿਓ ਸੱਜਣੋ, ਮੈਂ ਪਾਪੀਆਂ ਦੇ ਚਿਹਰੇ 'ਤੇ ਇੰਨੀ ਆਕੜ ਨਹੀਂ ਮਿਲਦਾ,
ਜਿੰਨੀ ਨਾਮ ਜਪਣ ਵਾਲਿਆਂ ਦੇ ਚਿਹਰੇ 'ਤੇ ਆਕੜਿਆ, ਆਕੜੇ ਮਾਇਆ ਲੱਗੀ। ਆਖੋ ਵਾਹਿਗੁਰੂ। ਪਸ਼ੂ ਹਰ ਗੱਲ ਸ਼ੁਭ ਅਤੇ ਅਸ਼ੁਭ ਨੂੰ ਆਪਣੇ 'ਤੇ ਲੈਂਦਾ ਹੈ। ਨਾਨਕ ਇਤਰਾ ਪੜ੍ਹਨਾ, ਨਾਨਕ ਬਿਨ ਹਰ ਨਹੀਂ, ਇਤਰਾ ਨਹੀਂ, ਨਾਨਕ ਬਿਨ ਹਰ ਕਹਾਂ ਕਮਾਤ। ਵਾਹਿਗੁਰੂ ਪਰਮੇਸ਼ਵਰ ਤੋਂ ਬਿਨਾਂ ਕਿਤਨਾ ਕੋਈ ਕਮਾ ਸਕਦਾ ਹੈ? ਉਹ ਆਪ ਹੀ ਤਾਂ ਕਰਦਾ ਹੈ, ਇਹ ਅਹੰਕਾਰ ਕਰਦਾ ਮੈਂ ਕਰਦਾ ਹੈ। ਜਾਵੇ ਜਾਣੇ ਮੈਂ ਕਿਛ ਕਰਦਾ, ਅਤੇ ਤੁਸੀਂ ਤਾਂ ਮੈਂ ਤਾਂ ਸਾਰੇ ਹੀ ਹੋਵਾਂ। ਸਵੇਰੇ ਅੰਮ੍ਰਿਤ ਵੇਲਾ ਸੰਭਾਲ ਕੇ ਜਿਉਂ ਸਵੇਰ ਤੋਂ ਪੰਡ ਚੁੱਕੀ ਹੈ ਸਿਰ 'ਤੇ, ਚੁੱਕੀ ਕਿ ਨਹੀਂ ਬੋਲੋ ਨਾ ਬਾਬੇ ਨਾਨਕ ਦੇ ਪੁੱਤਰੋ, ਖੁੱਲ੍ਹ ਕੇ ਬੋਲਦਿਆ ਕਰੋ। ਪੰਡ ਚੁੱਕੀ ਕਿ ਨਹੀਂ ਅੰਮ੍ਰਿਤ ਵੇਲਾ ਸੰਭਾਲ ਕੇ, ਵੀ ਅੱਜ ਮੈਂ ਅੰਮ੍ਰਿਤ ਵੇਲਾ ਸੰਭਾਲਿਆ। ਸਾਰਾ ਦਿਨ ਚੇਤਾ ਰਹਿੰਦਾ ਹੈ ਕਿ ਨਹੀਂ? ਉਹ ਕਹਿੰਦਾ ਉੱਗਣਾ ਉੱਦਣਾ, ਜਿੱਦਣ ਉਸੇ ਘੜੀ ਚੇਤਾ ਭੁੱਲ ਗਿਆ ਵੀ ਤੂੰ ਕੀ ਕੀਤਾ, ਉੱਦਣ ਉੱਗਣਾ ਹੈ। ਆਖੋ ਵਾਹਿਗੁਰੂ। ਬਸ ਆਪਣ ਹਾਂ ਹਾਂ ਕਰੇ, ਨਾਨਕ ਬਿਨ ਹਰ ਕਹਾਂ ਕਮਾਤ। ਅੱਗੇ ਜਾ ਕੇ ਤੇ ਹੋਰ ਸਪਸ਼ਟ ਕਰਤਾ, ਇੱਕ ਹੀ ਆ, ਆਪ ਕਰਾਵਣ ਹਾਰਾ, ਸਭ ਕੁਛ ਕਰਾਉਣ ਵਾਲਾ ਤੇ ਇੱਕ ਆ ਵਾਹਿਗੁਰੂ, ਦੂਸਰਾ ਕਿੱਥੋਂ ਆ ਗਿਆ? ਆਖੋ ਵਾਹਿਗੁਰੂ। ਆਪੇ ਪਾਪ ਪੁੰਨ ਵਿਸਥਾਰਾ, ਪਾਪ ਅਤੇ ਪੁੰਨ ਦਾ ਵਿਸਥਾਰ ਵੀ ਉਹਨੇ ਆਪ ਹੀ ਕੀਤਾ, ਆਪ ਹੀ ਕਰ ਰਿਹਾ ਹੈ। ਇੱਕ ਤਾਂ ਆਪ ਹੀ ਕੀਤਾ ਅਤੇ ਆਪ ਹੀ ਕਰ ਰਿਹਾ ਹੈ, ਸਾਰੇ ਕਰਮ ਉਹ ਆਪ ਕਰਦਾ ਹੈ। ਇਹ ਆ ਯੁੱਗ, ਇਸ ਯੁੱਗ ਵਿੱਚ, ਇਸ ਸਮੇਂ 'ਚ ਜਿੱਤ ਜਿੱਤ ਆਪੇ ਲਾਇਓ, ਜਿੱਥੇ ਜਿੱਥੇ ਜੀਵ ਨੂੰ ਆਪ ਵਾਹਿਗੁਰੂ ਪਰਮੇਸ਼ਵਰ ਨੇ ਲਾਇਆ, ਸੋ ਸੋ ਪਾਇਓ। ਉਹ ਉਹਦੀ ਝੋਲੀ 'ਚ ਪੈਂਦਾ ਚੰਗਾ ਹੈ ਅਤੇ ਉਹ ਵੀ, ਮਾੜਾ ਹੈ ਅਤੇ ਉਹ ਵੀ, ਉਹਦੀ ਝੋਲੀ 'ਚ ਜਸ ਪੈਂਦਾ ਹੈ ਜਾਂ ਨਿੰਦਾ ਪੈਂਦੀ, ਇਹ ਸਾਰਾ ਉਹ ਦੇਣ ਵਾਲੇ ਨੇ। ਸੋ ਸੋ ਪਾਇਓ ਜੋ ਆਪ ਦਿਵਾਇਓ, ਉਸ ਵਾਹਿਗੁਰੂ ਨੇ ਜੋ ਦਿੱਤਾ ਹੈ ਚੰਗੀ ਤਰ੍ਹਾਂ। ਮੈਂ ਕਹਿੰਦਾ ਸਹਿਜ ਪਾਠ ਤੁਸੀਂ ਇਸ ਤਰ੍ਹਾਂ ਕਰੋ, ਹਾਂ ਜ਼ਿੰਦਗੀ 'ਚ ਇੱਕੋ ਹੀ ਕਰਿਓ, ਭਰ ਜੋਗੇ। ਤੁਸੀਂ ਇਹ ਦਾਵਾ ਨਾ ਕਰੋ ਮੈਂ ਇੱਕੀ ਪਾਠ ਕਰ ਲੈਣੇ। ਅੱਖ ਵਾਹਿਗੁਰੂ ਨਹੀਂ ਪਤਾ ਲੱਗਾ, ਇੱਕੀਆਂ ਦੀ ਰੱਟ ਨਾ ਲਾਓ, ਇੱਕ ਹੀ ਕਰੋ, ਮਗਰ ਕਰੋ ਇਸ ਤਰ੍ਹਾਂ। ਸੁਖਮਨੀ ਸਾਹਿਬ ਦੇ 11 ਨਾ ਕਰੋ, ਇੱਕ ਪਦਾ ਪੜੋ, ਮਗਰ ਇੱਕ ਪਦੇ 'ਚੋਂ ਭਰ ਜਾਓ, ਭਰ ਜਾਓ, ਨੱਕੋ ਨੱਕ ਭਰ ਜਾਓ। ਸਾਰਾ ਦਿਨ ਨਸ਼ਾ ਚੜਿਆ ਜਾਵੇ ਬਾਣੀ ਪੜ੍ਹੀ ਦਾ। ਆਖੋ ਵਾਹਿਗੁਰੂ। ਸੋ ਸੋ ਪਾਇਓ ਜੋ ਆਪ ਦਿਵਾਇਓ, ਉਹ ਕੌਣ ਆ ਜੀ? ਕਹਿੰਦੇ ਉਹ ਆਕਾ ਅੰਤ ਨਾ ਜਾਣੇ ਕੋ, ਉਸ ਵਾਹਿਗੁਰੂ ਦਾ ਕੋਈ ਅੰਤ ਨਹੀਂ ਜਾਣਦਾ। ਜੋ ਜੋ ਕਰੇ, ਜੋ ਜੋ ਕਰਦਾ ਸੋ ਫੁਨ ਹੋ, ਮੁੜ ਮੁੜ ਕੇ ਫਿਰ ਉਹੋ ਹੀ ਹੋਊਗਾ ਜੋ ਉਹ ਕਰੂਗਾ। ਆ ਬਹੁਤ ਸਾਰੇ ਲੋਕੀ ਨੇ ਜਿਹੜੇ ਕਹਿੰਦੇ ਹਾਏ ਜੀ ਵੱਡਾ ਕਲਯੁੱਗ ਆ ਗਿਆ, ਵੱਡਾ ਕਲਯੁੱਗ ਆ ਗਿਆ। ਗੁਰੂ ਕੇ ਸਿੱਖੋ ਕਲਯੁੱਗ ਲਿਆਉਣ ਵਾਲਾ ਵੀ ਆਪ, ਜਿਹਨੂੰ ਤੁਸੀਂ ਨਿੰਦਦੇ ਹੋ ਨਾ। ਬਾਬਾ ਤੀਸਰਾ ਕਹਿੰਦਾ ਧੰਨ ਧੰਨ ਕਲਯੁੱਗ ਨਾਨਕਾ, ਲੋ ਸੁਣ ਲਓ ਹੁਣ ਸਿੱਧਾ ਉਗਤ, ਧੰਨ ਧੰਨ। ਸਾਰੀ ਦੁਨੀਆ ਕਲਯੁੱਗ ਨੂੰ ਗਾਲਾਂ ਕੱਢਣ ਡਈ, ਮੇਰਾ ਭੱਲਾ ਪਾਤਸ਼ਾਹ ਕਹਿੰਦਾ ਧੰਨ ਹੈ ਕਲਯੁੱਗ, ਧੰਨ ਹੈ ਕਲਯੁੱਗ, ਮਗਰ ਕਿੰਨਾ ਲਈ ਜੋ ਚੱਲੇ ਸਤਿਗੁਰ ਪਾਏ, ਜੋ ਚੱਲੇ ਜਿਹੜੇ ਸਤਿਗੁਰੂ ਦੀ ਰਜ਼ਾ 'ਚ ਚੱਲਦੇ ਨੇ ਉਹਨਾਂ ਲਈ ਤਾਂ ਸਮਾਂ ਇੰਨਾ ਮੁਬਾਰਕ ਆ। ਯੁੱਗਾਂ ਪ੍ਰਤੀ ਬੰਦਗੀ ਨਹੀਂ, ਜੋ ਕੱਲ੍ਹ ਕੋ ਇੱਕ ਵਾਰ 'ਤੇ ਆਏ, ਇੱਕ ਵਾਰੀ ਇੱਕ ਚਿੱਤ ਜੇ ਇੱਕ ਛਿਨ 'ਤੇ ਆਇਓ, ਗਾਲ ਫਾਸ ਕੇ ਵਿੱਚ ਇਹ ਕਲਯੁੱਗ ਦਾ ਪ੍ਰਭਾਵ ਜੇ, ਕਲਯੁੱਗ ਦਾ ਫਲ ਜੇ, ਜਿਹਨੂੰ ਆਪਾਂ ਗਾਲਾਂ ਕੱਢਦੇ ਵੀ ਕਲਯੁੱਗ ਆ ਗਿਆ।
ਐ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੇ। ਇੱਥੇ ਬਾਣੀ ਪੜ੍ਹ ਕੇ ਵੇਖ, ਜੇ ਦੋ ਮਿੰਟ ਸ਼ਾਂਤੀ ਨਾ ਦੇਵੇ ਤਾਂ ਮੇਰਾ ਸਿਰ ਕੱਢੀ। ਤੂੰ ਕਰਦਾ ਵੀ ਤੀ ਨਹੀਂ ਨਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਜੋ ਕਰੇ ਸੋ ਹੁਣ ਹੋ। ਅੱਗੇ ਜਾ ਕੇ ਬੜੇ ਪਿਆਰੇ, ਇੱਕੇ ਤੇ ਇੱਕ ਤੋਂ ਹੀ ਸਗਲਾ ਵਿਸਥਾਰਾ, ਇੱਕ ਤੋਂ ਹੀ ਸਾਰਾ ਵਿਸਤਾਰ ਹੋਇਆ ਸਾਰਿਆਂ ਦੇ ਵਿੱਚ। ਇੱਕ ਆ ਤਾਂ ਕਰਦਾ ਵੀ ਫਿਰ ਇੱਕ ਹੀ ਹੈ। ਇਤਨਾ ਲੱਕ ਸਿੱਧਾ ਕਰੋ, ਅੱਖਾਂ ਨਾ ਮੀਟੋ, ਅੱਖਾਂ ਮੀਟੋਗੇ ਤਾਂ ਨੀਂਦ ਆਊਗੀ। ਧੋਖਾ ਕਿਸੇ ਨੂੰ ਨਹੀਂ ਦਿਓਗੇ ਵੀ ਇਹਦੀ ਸੁਰਤ ਜੁੜੀ ਆ। ਧੋਖਾ ਤੁਸੀਂ ਖੁਦ ਨੂੰ ਦੇ ਰਹੇ ਹੋ, ਕਿਉਂਕਿ ਛਿੰਨ ਲੰਘ ਜਾਣਾ ਹੋ। ਆਖੋ ਵਾਹਿਗੁਰੂ। ਜੇ ਸਾਰਿਆਂ ਦੇ ਵਿੱਚ ਬੈਠਾ ਹੋ ਆਪ ਤਾਂ ਕਰਦਾ ਵੀ ਫਿਰ ਇੱਕੇ ਤੇ ਸਗਲ ਬਸਥਾਰਾ ਨਾਨਕ। ਫਿਰ ਨਾਨਕ ਸੱਚ ਸਵਾਰਨਹਾਰਾ, ਇੱਕ ਇਹਨਾਂ ਨੂੰ ਸੱਚ ਨਾਲ ਲਾ ਤਾ ਅਤੇ ਸਵਾਰ ਦਿੱਤਾ, ਇੱਕ ਇਹਨਾਂ ਨੂੰ ਝੂਠ ਨਾਲ ਲਾ ਦਿੱਤਾ। ਜਿਹੜਾ ਝੂਠ ਬੋਲਦਾ ਕਹਿੰਦੇ ਬੰਦਾ ਵਿਗੜਿਆ, ਉਹਨਾਂ ਨੂੰ ਵਿਗਾੜ ਵੀ ਆਪ ਹੀ ਦਿੱਤਾ। ਮਗਰ ਜਿਹਨਾਂ ਜਿਹਨਾਂ ਨੂੰ ਪ੍ਰੇਰ ਕੇ ਸਤਿਗੁਰੂ ਗਰੀਬ ਨਿਵਾਜ ਸੱਚ ਵੱਲ ਲਈ ਜਾਂਦੇ ਨੇ, ਉਹ ਸਮਝ ਲਓ ਉਹਨਾਂ ਨੂੰ ਸਵਾਰੀ ਜਾਂਦੇ ਨੇ। ਕੀ ਕਰਦੇ? ਤੁਸੀਂ ਆਦਤ ਪਾਓ। ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਖੀ ਮੰਨ ਕੇ, ਗੁਰੂ ਗੋਬਿੰਦ ਸਿੰਘ ਨੂੰ ਸਾਖੀ ਮੰਨ ਕੇ ਇੱਕ ਵਾਰ ਆਪਣੇ ਅੰਦਰ ਗੱਲ ਕਰੋ ਵੀ ਮੈਂ ਸਭ ਤੋਂ ਪਹਿਲਾਂ ਸਟੈਪ ਪੁੱਟ ਲਿਆ, ਸੱਚ ਬੋਲਣਾ ਸ਼ੁਰੂ ਕਰ ਦਿਆ। ਮਿਥਿਆ ਨਾ ਹੀ ਕੀ ਮੈਂ ਆਪਣੀ ਰਸਨਾ ਨੂੰ ਝੂਠ ਲੱਗਣ ਵੀ ਨਹੀਂ ਦਿੰਦਾ ਕਿ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਟਾਂਕਾ ਲਾ ਜਾਂਦਾ ਹੈ। ਇਹ ਤਾਂ ਇਤਨਾ ਜਿੱਦਾਂ ਕਿਸੇ ਦਾ ਸਾਰਾ ਸਰੀਰ ਸੁੰਦਰ ਹੋਵੇ ਅਤੇ ਪੈਰ ਦੀ ਚੀਚੀ ਦੇ ਉੱਤੇ ਕੋੜ ਪਿਆ ਹੋਵੇ, ਜਿਹੜਾ ਥੋੜ੍ਹਾ ਜਿਹਾ ਝੂਠ ਬੋਲਦਾ ਹੈ ਨਾ, ਇਹ ਇਤਨਾ ਵਾ ਜਿਤਨਾ ਸਾਰਾ ਕਿਸੇ ਦਾ ਸਰੀਰ ਬਹੁਤ ਸੁੰਦਰ ਹੋਵੇ ਅਤੇ ਪੈਰ ਦੀ ਚੀਚੀ 'ਤੇ ਬੋਲੋ ਬੋਲਿਆ ਕਰੋ ਕੋੜ ਪਿਆ ਹੋਵੇ ਅਤੇ ਅਖਵਾਉਣਾ ਤਾਂ ਕੋੜਾ ਹੀ ਆ। ਗੱਲਾਂ ਤਾਂ ਲੋਕਾਂ ਇਹ ਨਹੀਂ ਕਹਿਣੀਆਂ ਦਾ ਸਰੀਰ ਸਾਰਾ ਠੀਕ ਹੈ, ਕੀ ਕਹਿਣਾ ਇਹਨੂੰ ਕੋੜ ਪਿਆ ਹੈ। ਝੂਠ ਛੱਡੋ, ਝੂਠ ਛੱਡੋ। ਉਸੇ ਦਿਨ ਤੋਂ ਸੱਚੇ ਦਾ ਵਾਸ ਹੋਣਾ ਸ਼ੁਰੂ ਹੋ ਜਾਊਗਾ। ਇਹ ਜੱਗ ਸੱਚੇ ਕੀ ਹੈ ਕੋਠੜੀ। ਜਿੱਦਣ ਤੁਸੀਂ ਪੈਰਾਂ ਤੋਂ ਲੈ ਕੇ ਸੁਚੇਤ ਰਹੋਗੇ, ਕਈ ਝੂਠ ਆ ਮੇਰੀ ਉਹ ਧੀਓ ਮੇਰੇ ਉਹ ਵੀਰੋ ਜਿਹੜੇ ਬਿਨਾਂ ਵਜ੍ਹਾ ਬੋਲਦੇ ਹੋ, ਤੁਸੀਂ ਬਿਨਾਂ ਵਜ੍ਹਾ ਹੀ ਬੋਲਦੇ ਹੋ। ਵਜ੍ਹਾ 'ਤੇ ਬੋਲਿਆ ਗਿਆ ਤਾਂ ਕਦੀ ਮਾਫ਼ ਵੀ ਹੋ ਜਾਓ, ਪਤਾ ਲੱਗਾ। ਮਗਰ ਜਿਹੜੇ ਬਿਨਾਂ ਵਜ੍ਹਾ ਤੋਂ ਬੋਲੀ ਜਾਂਦੇ ਨੇ, ਬਿਨਾਂ ਵਜ੍ਹਾ ਤੋਂ ਹੀ, ਕੋਸ਼ਿਸ਼ ਕਰੋ ਇਸ ਸਰੀਰ 'ਤੇ ਇਸ ਰਸਨਾ ਝੂਠ ਲੱਗੇ ਵੀ ਨਾ। ਮਿਥਿਆ ਨਾ ਹੀ ਪਰਸ ਬਣੇ ਛੂਣਾ ਛੂਏ ਵੀ ਨਾ, ਅਤੇ ਵੇਖਣਾ ਇਹ ਧਰਤੀ ਫਿਰ ਸੱਚੇ ਦੀ ਧਰਤੀ ਬਣ ਜੂ। ਅੱਜ ਕੀ ਹੈ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸਾਰਾ ਕੁਝ ਝੂਠ। ਰਾਜਾ ਝੂਠਾ, ਪਰਜਾ ਝੂਠੀ, ਵਜ਼ੀਰ ਝੂਠੇ, ਪੁਲਿਸਾਂ ਝੂਠੀਆਂ, ਫੋਰਸਾਂ ਝੂਠੀਆਂ, ਦੱਸੋ ਜੇ ਝੂਠਾ ਕੋਈ ਤੇ। ਜਿੱਦਣ ਤੋਂ ਤੁਸੀਂ ਸ਼ੁਰੂਆਤ ਕਰੋ, ਇੱਕ ਬੂਟਾ ਤੁਸੀਂ ਪਾਲਦੇ ਹੋ ਉਹਨੂੰ 500 ਫਲ ਲੱਗਣਾ ਹੈ ਅਤੇ 500 ਦੇ ਵਿੱਚੋਂ ਹੋਰ ਕਿੰਨੇ ਬਣਨੇ ਨਹੀਂ ਪਤਾ ਲੱਗਾ। ਇੱਕ ਪਲਾਂਟ ਤੁਸੀਂ ਪੈਦਾ ਕਰ ਦਿਓ, ਇੱਕ ਅੰਬ ਦਾ ਬੂਟਾ ਪੈਦਾ ਕਰ ਦਿਓ, ਉਹਨੂੰ ਪਾਲ ਦਿਓ, ਹੁਣ ਉਹਨੂੰ ਕਿੰਨੇ ਅੰਬ ਲੱਗਣੇ ਨੇ?
ਇੱਕ ਪਿਓ ਸੱਚਾ ਹੋ ਜੇ ਅੱਗੇ ਆਉਣ ਵਾਲੇ ਪੁੱਤ ਪੋਤਰੇ ਕਿੰਨੇ ਸੱਚੇ ਹੋਣੇ ਨੇ, ਮਗਰ ਕੁਦਰਤ ਦੀ ਗੱਲ ਆ, ਇਹ ਆਫਤ ਦੀ ਗੱਲ ਆ ਵੀ ਸੱਚਾ ਦਾਦਾ ਵੀ ਨਹੀਂ ਅਤੇ ਪੋਤਰੇ ਕੋਲੋਂ ਆਸ ਕਰਦਾ ਹੈ ਵੀ ਮੇਰਾ ਪੋਤਰਾ ਸੱਚਾ ਹੋਵੇ। ਤੁਸੀਂ ਕਰੋ ਹੱਥ ਜੋੜੀ ਆ, ਹੱਥ ਜੋੜ ਕੇ ਬੇਨਤੀ ਆ, ਇਹਨੂੰ ਰਸ ਨਾ ਬਣਾਉਣਾ ਵੀ ਰੋਜ਼ ਆਉਂਦੇ ਹਾਂ ਟੋਕਰੀ 'ਚ ਰੁਪਈਏ ਪਾਉਂਦੇ ਹਾਂ, ਬਾਬਾ ਬਹਿੰਦਾ ਹੈ, ਅੱਜ ਇਹ ਬੈਠਾ ਹੈ, ਕੱਲ੍ਹ ਨੂੰ ਸਰਬਜੀਤ ਸਿੰਘ ਬੈਠਾ ਹੋਊਗਾ, ਪਰਸੋਂ ਦੂਸਰਾ ਤੀਸਰਾ ਗਿਆਨੀ ਬੈਠਾ ਹੋਊਗਾ। ਨਹੀਂ ਨਹੀਂ ਨਹੀਂ, ਫੈਸਲਾ ਕਰੋ ਜ਼ਿੰਦਗੀ ਦਾ, ਗੁਰੂ ਅੱਗੇ ਤਰਲਾ ਪਾਓ, ਗਰੀਬ ਨਵਾਜ਼, ਝੂਠ ਤੋਂ ਮੁਕਤੀ ਦਵਾ ਦੇ, ਮੈਂ ਝੂਠ ਨਾ ਬੋਲਾਂ। ਜਦੋਂ ਤੂੰ ਕਹਿੰਦਾ ਸੱਚੇ ਕਾ ਵਿੱਚ ਵਾਸ ਆ, ਤਾਂ ਫਿਰ ਮੈਂ ਭੁੱਖਾ ਕਿਤਰਾ ਮਰ ਜੂੰ ਜਦੋਂ ਮੇਰੇ ਵਿੱਚ ਸੱਚੇ ਦਾ ਵਾਸ ਹੋ ਗਿਆ। ਹੱਥ ਜੋੜ ਕੇ ਬੇਨਤੀ ਹੈ, ਅਗਲੀ ਪੌੜੀ ਆਪਾਂ ਬਾਬੇ ਨਾਨਕ ਵਾਲੀ ਵਿਚਾਰੀਏ। ਆਖੋ ਵਾਹਿਗੁਰੂ। ਸਿੱਧ ਬਾਬੇ ਨੂੰ ਪੁੱਛਦੇ, ਸਿੱਧ ਬੋਲਣ ਸਿੱਧ ਬੋਲਣ ਸੁਣ ਨਾਨਕਾ, ਗੱਲਾਂ ਹੁੰਦੀਆਂ, ਬਾਬਾ ਸਾਹਮਣੇ ਬੈਠਾ ਹੈ ਅਤੇ ਅੱਖਾਂ 'ਚ ਅੱਖਾਂ ਪਈਆਂ, ਅਤੇ ਗੋਰਖਨਾਥ, ਭੰਗਰਨਾਥ, ਚਰਪਟਨਾਥ, ਪਰਥਰੀਨਾਥ, ਗੋਪੀਨਾਥ, ਇਹ ਸਭ ਨਾਥ, ਇਹਦੇ ਜਿਹੜੇ ਤਪੱਸਵੀ ਜੀਵ ਸਾਹਮਣੇ ਬੈਠੇ, ਅਤੇ ਡਿੱਗ ਪਈ ਨਾ ਸੁਰਤ ਅੰਦਰੋਂ, ਸਿੱਧ ਬੋਲਣ ਸੁਣ ਨਾਨਕਾ, ਜੱਗ ਨੂੰ ਕਿਆ ਕਰਾਂ ਤੋਹੇ, ਜੱਗ ਨੂੰ ਕਿਆ ਕਰਾਂ ਮਾਤ ਦਿਖਾਈ, ਆ ਸਾਰੀ ਦੁਨੀਆ ਨਾਨਕ 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 ਮਈ, ਨਾਨਕ 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 ਮਈ, ਨਾਨਕ ਚਿੰਤ ਚਿੰਤਾ ਸਗਲੀ ਗਈ, ਚਿੰਤ ਅਚਿੰਤਾ ਸਗਲੀ ਗਈ, ਚਿੰਤ ਚਿੰਤਾ ਸਗਲੀ ਗਈ, ਚਿੰਤ ਅਚਿੰਤਾ ਸਗਲੀ ਗਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ, ਘਰ ਘਰ ਬਾਬਾ ਗਾਵੀ ਹੈ, ਘਰ ਘਰ ਵਿੱਚ ਧੰਨ ਗੁਰੂ ਨਾਨਕ ਦੇ ਗੀਤ ਹੋਣ ਡੇ, ਗੱਲ ਕੀ ਹੈ, ਕੀ ਕਰਾਮਾਤ ਵਿਖਾਤੀ, ਪਤਾ ਲੱਗ ਰਿਹਾ ਕੌਣ ਕਹਿੰਦੇ, ਸਿੱਧ ਜੋਗੀ ਕਹਿੰਦੇ ਵੀ ਸਾਨੂੰ ਦੱਸ ਵੀ ਤੂੰ ਇਹ ਦੁਨੀਆ ਨੂੰ ਕੀ ਕਰਾਮਾਤ ਵਿਖਾਤੀ ਹੈ, ਕੁਝ ਵਿਖਾਲੇ ਅਸਾਂ ਨੂੰ, ਨਹੀਂ ਪਤਾ ਲੱਗ ਰਿਹਾ ਜੀ, ਪੜ੍ਹੇ ਲਿਖੇ ਹੋ, ਬੁੱਝ ਲਓਗੇ ਕੀ ਕਹਿੰਦੇ ਨੇ, ਕੁਝ ਸਾਨੂੰ ਵੀ, ਸਾਨੂੰ ਵੀ ਵਿਖਾ, ਜਿਹੜਾ ਲੋਕਾਂ ਨੂੰ ਵਿਖਾਇਆ ਹੀ ਕੁਝ, ਸਾਨੂੰ ਵੀ ਵਿਖਾ, ਕੁਝ ਵਿਖਾਲੇ ਅਸਾਨੂੰ ਤਿਉਂ ਤੁਸੀਂ ਕਿਉਂ ਢਿੱਲ ਅਵੇਹੀ ਲਾਈ, ਇਤਨਾ ਦੀ ਢਿੱਲ ਕਿਉਂ ਕੀਤੀ, ਲੋਕਾਂ ਨੂੰ ਤਾਂ ਪਤਾ ਨਹੀਂ ਕੀ ਵਿਖਾਤਾ ਜਿਹੜੇ ਤੇਰੇ ਗੀਤ ਗਾਈ ਜਾਂਦੇ, ਸਾਡੇ ਅੰਦਰ ਅਜੇ ਤੇਰੇ ਪ੍ਰਤੀ ਸ਼ਰਧਾ ਨਹੀਂ ਬਣੀ, ਉਹ ਪਤਾ ਕੀ ਗੱਲ ਸੀ, ਫਿਰ ਉਹ ਗੁਰਦੁਬਦਾ ਜਾ ਕੀ ਹੈ ਮਾਰੀ, ਦੁਬਦਾ ਸੀ ਵੀ ਅਸੀਂ ਵੀ ਤਾਂ ਗੋਰਖਨਾਥ ਹਾਂ, ਮੇਰੇ ਨਾਲ ਨਾਲ ਵੀ ਗੁਰ ਲੱਗਦਾ ਹੈ, ਇਹਦੇ ਨਾਮ ਨਾਲ ਵੀ ਗੁਰ ਲੱਗਦਾ ਹੈ, ਇਹ ਸੀ ਵੀ ਜੇ ਇਹਨੂੰ ਮੰਨ ਲਿਆ ਤਾਂ ਫਿਰ ਤਾਂ ਮੈਂ ਗੋਰਖ ਗੁਰੂ ਨਹੀਂ ਰਿਹਾ, ਗੋਰਖ ਰਹਿ ਗਿਆ। ਆਖੋ ਵਾਹਿਗੁਰੂ। ਅਤੇ ਵੈਸੇ ਗੋਰਖ ਦਾ ਅਰਥ ਹੁੰਦਾ ਗੋਰਖ, ਧਰਤੀ ਦਾ ਰੱਖ, ਗੋਰਖ ਸੋਏ, ਬੋਲੋ ਜਿਨ ਗੋਏ ਉਠਾਲੀ, ਪਤਾ ਲੱਗਾ ਜੀ, ਨਹੀਂ ਗੋਏ ਮਣੇ ਧਰਤੀ, ਗੋਰਖ ਉਹ ਆ ਜਿਹਨੇ ਧਰਤੀ ਨੂੰ ਹੱਥ 'ਤੇ ਚੁੱਕਿਆ ਅਤੇ ਪਾਲ ਰਿਹਾ ਹੈ ਧਰਤੀ ਨੂੰ, ਅਤੇ ਉਹ ਤਾਂ ਫਿਰ ਵਾਹਿਗੁਰੂ ਗੋਰਖ ਆ ਨਾ, ਆਖੋ ਵਾਹਿਗੁਰੂ। ਕੁਝ ਵਿਖਾਲੇ ਅਸਾਂ ਨੂੰ ਤੁਸੀਂ ਕਿਉਂ ਢਿੱਲ ਅਵੇਹੀ ਲਾਹੀ,
ਬਾਬਾ ਬੋਲੇ ਨਾਥ ਜੀ, ਬਾਬਾ ਬੋਲਿਆ ਹੁਣ, ਉਹਨੇ ਤੇ ਆਪਣੀ ਗੱਲ ਕਰ ਲਈ, ਹੁਣ ਬਾਬਾ ਬੋਲਿਆ, ਬਾਬਾ ਬੋਲੇ ਨਾਥ ਜੀ ਅਸਾਂ ਤੇ ਵੇਖਣ, ਅਸੀਂ ਤੇ ਵੇਖਿਆ ਹੈ, ਪਤਾ ਨਹੀਂ ਲੱਗਾ ਰੌਲਾ ਹੈ, ਅਸਾਂ ਤੇ ਵੇਖਣ ਅਸੀਂ ਤੇ ਵੇਖਿਆ ਹੈ, ਜੋਗੀ ਵਸਤ ਨਾ ਕਾਈ, ਤੁਹਾਡੇ ਤੇ ਪੱਲੇ ਹੀ ਕੱਖ ਨਹੀਂ, ਕੋਈ ਛੋਟੀ ਜਿਹੀ ਗੱਲ ਨਹੀਂ ਗੀ, ਗੋਰਖਨਾਥ ਨੂੰ ਕਹਿਣਾ ਵੀ ਤੇਰੇ ਜਿਨ੍ਹਾਂ ਨੇ ਮੂੰਹ ਦੇ ਵਿੱਚੋਂ ਅੱਗ ਸੁੱਟਤੀ, ਅੱਗ ਦੀ ਵਰਖਾ ਕਰਤੀ, ਸੱਪ ਬਣ ਗਏ, ਮੁਰਗਾਈਆਂ ਬਣ ਗਏ, ਉਹਨਾਂ ਨੂੰ ਕਹਿੰਦਾ ਤੁਹਾਡੇ ਪੱਲੇ ਹੀ ਕੱਖ ਨਹੀਂ, ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ। ਜੋਗੀ ਵਸਤ ਨਾ ਬੋਲੋ ਤੀ ਉਹ ਉੱਤੇ ਵੇਖ ਕੇ, ਤੁਸੀਂ ਬੋਲਿਆ ਕਰੋ, ਘਰ ਜਾ ਕੇ ਰਿਪੀਟ ਰਹੂਗਾ, ਅਸਾਂ ਵੇਖਣ ਜੋਗੀ, ਪਤਾ ਲੱਗ ਗਿਆ ਕਿ ਨਹੀਂ, ਅੰਦਰ ਉੱਤਰ ਆਏ ਵੀ ਜੋਗੀਆਂ ਦੇ ਤੇ ਪੱਲੇ ਹੀ ਕੱਖ ਨਹੀਂ, ਐਵੇਂ ਕੰਨ ਪੜਵਾਈ ਫਿਰਦੇ, ਸਵਾਹ ਮਲੀ ਫਿਰਦੇ ਨੇ। ਜੋਗੀ ਗਿਆਨ ਵੇ ਹੋਣਿਆ ਨਿਸ ਦਿਨ ਅੰਗ ਲਗਾਏ ਨਿਸ਼ਾਰਾ, ਰਾਤ ਦਿਨ ਸਵਾਹ ਹੀ ਮਲੀ ਜਾਂਦੇ ਸਰੀਰ ਤੇ, ਹੋਰ ਤੇ ਪੱਲੇ ਕੱਖ ਨਹੀਂ। ਇਹ ਬਾਬਾ ਕਹਿ ਸਕਦਾ ਸੀ, ਤੁਸੀਂ ਤੇ ਮੈਂ ਨਹੀਂ, ਆਖੋ ਵਾਹਿਗੁਰੂ। ਤੇ ਉਹਨਾਂ ਨੇ ਆਖਿਆ ਫਿਰ ਵੀ ਦੱਸ, ਚਲੋ ਸਾਡੇ ਪੱਲੇ ਕੱਖ ਨਹੀਂ, ਤੇਰੀ ਕਰਾਮਾਤ ਕੀ ਆ ਆ ਜਿਹੜੀ ਤੁਸੀਂ ਤੇ ਮੈਂ ਨਹੀਂ ਦੱਸ ਸਕੇ, ਕਿਉਂਕਿ ਪੱਲੇ ਹੈ ਹੀ ਨਹੀਂ, ਪੱਲੇ ਕੀ ਭਲਾ ਕਹਿਣ ਲੱਗੇ ਨੇ, ਗੁਰ ਸੰਗਤ ਬਾਣੀ ਬਿਨਾ। ਬਾਬਾ ਕਹਿੰਦਾ ਮੇਰੇ ਕੋਲ ਕੋਈ ਕਰਾਮਾਤ ਨਹੀਂ, ਜੇ ਇੱਕ ਤੇ ਗੁਰੂ ਦੀ ਸੰਗਤ ਜੇ ਮੇਰੇ ਕੋਲ, ਤੇ ਇੱਕ ਕੀ ਹੈ, ਬਾਣੀ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ, ਰਾਈ 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 ਦਾ ਦਾਣਾ ਨਿੱਕੀ ਜੀ, ਸਰੋਂ ਤੋਂ ਵੀ ਛੋਟੀ, ਤੋਰੀਏ ਤੋਂ ਵੀ ਛੋਟੀ ਰਾਈ, ਆਂਦੇ ਉਹਨਾਂ ਕੁ ਹਿੱਸਾ ਵੀ ਮੇਰੇ ਕੋਲ ਕੋਈ ਕਰਾਮਾਤ ਨਹੀਂ ਜਿਹੜੀਆਂ ਤੁਸੀਂ ਚੁੱਕੀ ਫਿਰਦੇ ਹੋ। ਮੇਰੇ ਕੋਲ ਕੀ ਆ, ਕਰਾਮਾਤਾਂ ਦੀ ਕਰਾਮਾਤ ਕੀ, ਗੁਰਬਾਣੀ, ਵਾਹਿਗੁਰੂ ਗੁਰਮੰਤਰ, ਨਮੋ ਮੰਤਰ ਮੰਤਰੰ, ਨਮੋ ਜੰਤਰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਮੇਰੇ ਕੋਲ ਤੰਤਰਾਂ ਦਾ ਤੰਤਰ, ਮੰਤਰਾਂ ਦਾ ਮੰਤਰ, ਜੰਤਰਾਂ ਦਾ ਜੰਤਰ, ਵਾਹਿਗੁਰੂ ਇਹ ਆ ਮੇਰੇ ਕੋਲ। ਸਾਡੇ ਕੋਲ ਕੋਈ ਕਰਾਮਾਤ ਨਹੀਂ, ਅੱਜ ਪਤਾ ਲੱਗ ਗਿਆ ਨਾ ਵੀ ਬਾਬਾ ਕਰਾਮਾਤ ਹੀ ਨਹੀਂ, ਉਹ ਖੁਦ ਹੀ ਕਰਾਮਾਤ ਆ। ਪਰਸੋਂ ਇੱਕ ਬੱਚਾ ਪੁੱਛਦਾ ਸੀ, ਤੁਸੀਂ ਕਿਹਾ ਵੀ ਉਹਨਾਂ ਜਗਜੀਤ ਪੰਡਿਤ ਨੂੰ ਜੀਂਦਿਆਂ ਕਰਤਾ, ਗੁਰੂ ਤੇ ਕਰਾਮਾਤ ਦਿਖਾਉਂਦਾ ਨਹੀਂ, ਆਖ ਵਾਹਿਗੁਰੂ। ਗੁਰੂ ਨੂੰ ਕਰਾਮਾਤ ਦਿਖਾਉਣ ਦੀ ਜ਼ਰੂਰਤ ਨਹੀਂ, ਗੁਰੂ ਖੁਦ ਕਰਾਮਾਤ ਆ, ਗੁਰੂ ਗੁਰੂ ਸਮਰੱਥ ਹੈ, ਸਭ ਕੁਛ ਕਰਨੇ ਯੋਗ ਹੈ, ਜਿਹਦੇ ਮਰਜ਼ੀ ਮੱਥੇ 'ਤੇ ਹੱਥ ਰੱਖੇ, ਭਾਵੇਂ ਮੁਰਦਾ ਹੋਵੇ ਭਾਵੇਂ ਜੀਂਦਾ ਹੋਵੇ, ਉਹਨੂੰ ਉਠਾ ਲੈ। ਸੁੱਕੇ ਹਰੇ ਕੀਏ ਖਿਨਮਾਏ, ਗੁਰੂ ਦੀ ਦ੍ਰਿਸ਼ਟੀ 'ਚ ਇੰਨਾ ਬਲ ਹੈ, ਸੁੱਕੇ ਦਰਖਤ 'ਤੇ ਵੀ ਨਿਗਾਹ ਪਾ ਦੇ ਉਹ ਹਰਿਆ ਹੋ ਜਾਏ, ਇਹ ਕਰਾਮਾਤ ਨਹੀਂ ਗੀ, ਉਹਦੇ ਕੋਲ ਪਾਵਰ ਆ। ਨਹੀਂ ਪਤਾ ਲੱਗਾ, ਤੁਸੀਂ ਹੁਣ ਗਤਕਾ ਖੇਡ ਦਿਓ ਅਤੇ ਮੋਟਰਸਾਈਕਲ ਤੋਂ ਉੱਤੇ ਉੱਤੋਂ ਦੀ ਨਗਾ ਦਿੰਦੇ ਹੋ, ਅਤੇ ਕੋਈ ਆਖੇ ਵੀ ਇਹ ਕਰਾਮਾਤ ਆ, ਨਹੀਂ ਕਰਾਮਾਤ ਨਹੀਂ, ਉਹਦਾ ਕਰਤੱਵ ਆ, ਉਹਦੇ ਕੋਲ ਪਾਵਰ ਆ, ਉਹਨੇ ਸਿੱਖਿਆ ਹੈ। ਇਹ ਬਾਬਾ ਵੀ ਸਿੱਖ ਕੇ ਆਇਆ ਦਰਗਾਹ 'ਚੋਂ, ਆਖੋ ਵਾਹਿਗੁਰੂ, ਪਾਵਰਾਂ ਲੈ ਕੇ ਆਇਆ, ਸਰਬ ਕਲਾ ਸੋਲ੍ਹਾਂ ਕਲਾ ਸੰਪੂਰਨ ਫਲਿਆ, ਸੋਲ੍ਹਾਂ ਕਲਾ ਲੈ ਕੇ ਆਇਆ ਕ੍ਰਿਸ਼ਨ। ਅਤੇ ਇੱਧਰ ਮੇਰਾ ਬਾਬਾ ਜਦੋਂ ਕਲਯੁਗ ਵਿੱਚ ਆਇਆ, ਅਨੰਤ ਕਲਾ ਹੋਏ ਠਾਕੁਰ ਚੜਿਆ, ਬੋਲੋ ਹਾਂ,
ਫਟਾਫਟੇ ਪੜ੍ਹ ਲਓ, ਸੋਲਾਂ ਕਲਾਸ ਪੂਰਨ ਫਲਿਆ। ਅੱਗੇ ਬਾਬੇ ਦੀ ਆਈ ਗੱਲ, ਅਨੰਤ ਕਲਾ ਲੈ, ਅਨੰਤ ਕਲਾ ਹੋਏ ਠਾਕੁਰ, ਇੱਕ ਨਹੀਂ ਲੈ ਕੇ ਆਇਆ, ਤੇ ਜਿਹੜਾ ਇੰਨੀਆਂ ਕਲਾ ਦਾ ਮਾਲਕ ਉਹਦੇ ਲਈ ਇਹ ਕਿਹੜੀ ਵੱਡੀ ਗੱਲ ਆ। ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਅੱਗੇ ਸੁਣਿਓ ਬੜੇ ਸੋਹਣੇ ਬਣੇ, ਸ਼ਿਵ ਰੂਪੀ ਕਰਤਾ ਪੁਰਖ ਆ ਵਾ ਮੇਰੇ ਕੋਲ, ਸ਼ਿਵ ਸ਼ਿਵਣੇ ਵਾਹਿਗੁਰੂ, ਵਾਹਿਗੁਰੂ ਰੂਪੀ ਜਿਹੜਾ ਕਰਤਾ ਪੁਰਖ ਹੈ, ਚੱਲੇ ਨਾਹੀ ਧਰਤ ਚਲਾਈ, ਜਿਹਦੇ ਹੁਕਮ ਤੋਂ ਬਿਨਾਂ ਇਹ ਧਰਤੀ ਇੱਕ ਮਿੰਟ ਨਹੀਂ ਚੱਲ ਸਕਦੀ, ਉਹਦੀ ਸਤਾ ਵਿੱਚੋਂ ਉੱਠ ਕੇ ਲਵੇ, ਸੂਰਜ ਨਾ ਚੜ੍ਹੇ, ਇਹ ਸੂਰਜ ਕਿੰਨੇ ਚੜ੍ਹਾਇਆ, ਉਹਨੇ ਚੜ੍ਹਾਇਆ, ਹਵਾ ਨਾ ਵਗੇ, ਹਵਾ ਕਿੰਨੇ ਚਲਾਈ, ਭੈ ਵਿੱਚ ਪਵਨ ਵਾਹੇ ਸਦਵਾਓ, ਭੈ ਵਿੱਚ ਚੱਲੇ, ਉਹਦੇ ਡਰ 'ਚ ਹੀ, ਉਹਦੇ ਹੁਕਮ 'ਚ ਹੀ ਚੱਲ ਰਹੀ ਨਾ ਹਵਾ, ਉਹਦੇ ਹੁਕਮ 'ਚ ਹੀ ਸੂਰਜ ਚੜ੍ਹ ਰਿਹਾ ਨਾ, ਅਤੇ ਜੇ ਇਹ ਸਭ ਕੁਝ ਬੰਦ ਹੋ ਜੇ ਤੇ ਚੱਲੇ ਨਾਹੀਂ ਧਰਤ ਚਲਾਈ। ਅੱਗੇ ਜਾ ਕੇ ਕਹਿੰਦੇ ਸਿੱਧ ਤੰਤਰ ਮੰਤਰ ਕਰ ਝੜ ਪਏ, ਤੰਤਰ ਮੰਤਰ ਪੜ੍ਹ ਪੜ੍ਹ ਕੇ ਝੜ ਗਏ, ਪਿੱਛੇ ਪੈ ਗਏ, ਬਹਿ ਗਏ ਰਾਮ ਨਾਲ, ਸ਼ਬਦ ਗੁਰੂ ਕੇ ਕਲਾ ਛਪਾਈ, ਕਲਾ ਇਹਦੇ ਵਿੱਚ ਛੁਪੀ, ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਦੱਦੇ, ਦੱਦੇ ਨਾਲ, ਦਾਤਾ ਗੁਰੂ ਹੈ, ਬੋਲੋ ਹਾਂ, ਦੱਦੇ ਕੱਕੇ ਕੀਮਤ ਕਿਨੇ ਨਾ ਪਾਈ, ਕੱਕੇ ਕੀਮਤ ਕਿਨੇ ਨਾ ਪਾਈ, ਕਿਹਦੀ, ਗੁਰੂ ਦੀ, ਕੱਕੇ ਕੀਮਤ ਕਿਨੇ ਨਾ ਪਾਈ। ਆਂਦੇ ਉਹ ਜਿਹੜਾ ਗੁਰੂ ਹੈ ਨਾ, ਸੋ ਦੀਨ ਮੇਰੇ ਧਰਮ ਦਾ ਮਾਲਕ, ਨਾਨਕ ਸਤਿਗੁਰ ਸ਼ਰਨਾਈ, ਮੈਂ ਉਸ ਗੁਰੂ ਦੀ ਸ਼ਰਨ ਵਿੱਚ ਹਾਂ ਜਿਹਦੀ ਕੋਈ ਕੀਮਤ ਨਹੀਂ ਪਾ ਸਕਿਆ। ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ ਉੱਠੋ, ਧਾਗੇ ਤਵੀਤ ਵਹਿਮਾਂ ਭਰਮਾਂ ਕਬਰਾਂ ਜਲ ਲੈਣੇ, ਅਲਾਚੀਆਂ ਕਰਾਉਣੀਆਂ, ਇਹਨਾਂ ਪਖੰਡਾਂ 'ਚੋਂ ਤਾਂ ਉੱਠ ਕੇ ਵਾਹਿਗੁਰੂ ਮੰਤਰ ਦਾ ਜਾਪ ਕਰੋ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਿਹੜਾ ਤੁਹਾਡੇ ਵਿੱਚੋਂ ਕੋਈ 20 ਮਿੰਟ ਦੀ ਡਰਾਈਵ ਕਰਕੇ ਆਇਆ, ਜਾਂਦੇ ਗੱਲਾਂ ਨਾ ਕਰੋ, ਵਾਹਿਗੁਰੂ ਵਾਹਿਗੁਰੂ ਕਰਦੇ ਜਾਓ। ਮਾਰਗ ਚਲਤ ਹਰੇ ਹਰ ਗਾਈਏ, ਲਿਖਿਆ ਜੀ, ਉਠਤ ਬੈਠਤ ਸੋਗਤ ਧਿਆਈਏ, ਮਾਰਗ ਚਲਤ ਹਰੇ। ਅਤੇ ਗੁਰੂ ਦੀ ਗੱਲ ਕੀ ਮੰਨੀ ਫਿਰ, ਜੇ ਸਾਰਾ ਰਾਹ ਜਾਂ ਇੱਥੋਂ ਨਿਕਲਦਿਆਂ ਟੈਲੀਫੋਨ ਫੜ ਲਿਆ, ਜੇ 20 ਮਿੰਟ ਦੀ ਡਰਾਈਵ 'ਤੇ ਆਇਓ, ਅੱਧੇ ਘੰਟੇ ਦੀ ਡਰਾਈਵ 'ਤੇ ਆਇਓ, 10 ਮਿੰਟ ਦੀ ਡਰਾਈਵ 'ਤੇ ਆਇਓ, 10 ਮਿੰਟ ਤਾਂ ਲੇਖੇ 'ਚ ਲਾਓ। ਗਰੀਬ ਨਵਾਜ ਦਇਆ ਕਰੇ ਤੁਹਾਡੇ ਉੱਤੇ, ਮੇਰੇ ਉੱਤੇ, ਸਾਰਿਆਂ ਦੇ ਉੱਤੇ ਸਤਿਗੁਰੂ ਆਪਣੀ ਮਿਹਰ ਪਰਿਆਪਤ ਰੱਖਣ, ਅਤੇ ਆਪਾਂ ਨਾਮ ਦੇ ਅਭਿਆਸੀ ਬਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।